सारे साहब अगे शीस नवाओ डंडौत बंदन अनकबार सर्वकला समरथ डोलन ते रखो प्रभु नानक दे कर अत नानक दे कर दीन दर्द दुख भंजना घट घट नाथ शरण तुम्हारी आयो नानक के प्रभ साथ शरण तुम्हारी आयो नानक के प्रभ अगम अगोचर सच साहिब मेरा नानक बोले बुलाया तेरा नानक बोले बुलाया तेरा वाहिगुरु जी का खालसा वाहिगुरु जी की फतह गज वज के आखो जी वाहिगुरु जी का खालसा वाहिगुरु जी की फतेह जिहड़े भागां वाले आए उन्होंने साहब गुरु ग्रंथ साहब महाराज की अमृत बाणी सुनी पहले दीवान विच भी दास ने कहा सी बाणी सुनने वाले नूं गुरबाणी ने वडभागी आख्या वड्डियां भागां तो बिना बिन भागां सत संग ना लभे ते बिन संगत मैल परिजे जी भाग नूं बड़ा वड्डा वड्डा भाग कर पाया जिहड़ा वड्डा वड्डा रब नूं कहना है ना भी तू बहुत वड्डा है बहुत वड्डा है ये भी चंगे भाग होने ते कहा जांदा आखो वाहिगुरु ते कीर्तन करदिआं भाई साहब ने सूई राग दा पंजवें सतगुरु दा बचन पढ़िया जिहड़ा आम आपां पढ़दे आं घरां च जिसके सिर उपर तू स्वामी सो दुख कैसा पावन तुहाडे ते मेरे भाग खोलन वाले बचन ने भी तुहानू ते मैनू ये भरोसा हो जाए भी जिहदे सिर ते गुरु ग्रंथ साहिब महाराज दा साया है वह दुखी कितना हो सकता आखो वाहिगुरु सो दुख दो बचन गुरबाणी च होर लिखे ने अगे आओ ना तुसीं पिछे पै गए अज बड़े इत्थे लग गया कहण तो बिना तू ही आ गुरमुखा अगे पुत इत्थे लग गया इत्थे आ जाओ उन्हां भाई साहबां दे चलो कीर्तन करके गए कोशिश करिया करो एक बचन हर स्टेज ते हर शहर च रिपीट कराउणा भई सज्जन सच्चा पातशाह अगे पढ़ो पास का मतलब की तो साड़ी ये कोशिश होंगी भी असं गुरु तो दूर हो के बहिए अरदास करिया कर राखो राखण हार दयाला नानक करके बोले इतने लागे जे रख
ਇੱਥੇ ਚੋਰ ਕਰਦੇ ਭਾਈ ਗੁਰਚਰਨ ਸਿੰਘ ਕਿਤੇ ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਦੋ ਕੁ ਮਿੰਟ ਆ ਤੂੰ ਵੀ ਚੋਰ ਕਰ, ਲਾਗੇ ਬਹਿਣ ਦੀ ਆਦਤ ਪਾਓ। ਸ਼ਬਦ ਦੇ ਵਿੱਚ ਪੜ੍ਹ ਰਿਹਾ ਸੀ ਵੀ ਨਾਮ ਧਿਆਨ ਅਤੇ ਸੁੱਖ ਫਲ ਪਾਏ, ਜਿਹੜਾ ਸੁੱਖ ਆਉਣਾ ਹੈ ਨਾ ਜਿੰਦ ਨੂੰ, ਇਹ ਵੀ ਗੁਰੂ ਨਾਨਕ ਦੇ ਘਰੋਂ ਇੱਕ ਫਲ ਮਿਲਣਾ ਹੈ। ਅੱਖ ਵਾਹਿਗੁਰੂ। ਜਿਸ ਤਰ੍ਹਾਂ ਪੁੱਤਰ ਨੂੰ ਫਲ ਕਹਿੰਦੇ ਨੇ, ਹੋਰਨਾਂ ਚੀਜ਼ਾਂ ਨੂੰ ਜਿਹੜੀਆਂ ਘਰ 'ਚ ਆ ਜਾਣ, ਧੀਆਂ ਪੁੱਤਰ ਪਰਿਵਾਰ ਸੁੱਖ, ਆਪਾਂ ਕਹਿੰਦੇ ਇਹ ਬੰਦਾ ਬੜਾ ਫਲਿਆ ਹੈ, ਇਹਨੂੰ ਬੜੇ ਰੱਬ ਨੇ ਫਲ ਬਖਸ਼ੇ ਨੇ। ਸੁੱਖ ਵੀ ਇੱਕ ਫਲ ਹੈ, ਅਗਰ ਕਿਹਨਾਂ ਨੂੰ ਮਿਲਦਾ ਹੈ? ਨਾਮ ਧਿਆਨ ਅਤੇ ਇਸ਼ਕ ਵੱਧਦਾ 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 ਵੱਧਦਾ, ਰਸ ਵੱਧਦਾ ਵੱਧਦਾ, ਇੱਕ ਘੜੀ ਤੋਂ ਦੋ ਘੜੀ, ਦੋ ਘੜੀ ਤੋਂ ਤਿੰਨ ਘੜੀ, ਅੱਠੇ ਪੈਰ ਤੱਕ ਪਹੁੰਚ ਜਾਂਦਾ ਹੈ। ਆਖੋ ਵਾਹਿਗੁਰੂ। ਆਠ ਪੈਰ ਅਰਾਧੇ, ਤੇਰੀ ਸ਼ਰਨ ਤੇਰੇ ਪਰਵਾਸੇ, ਪੰਚ ਦੁਸ਼ਟ ਲੈ ਸਾਧੇ, ਇਹ ਸਾਰਾ ਕੁਝ ਲਿਖਿਆ ਹੈ। ਤੁਹਾਨੂੰ ਤੇ ਮੈਨੂੰ ਸਮਝਾਉਣ ਨੂੰ ਇਹ ਕੁਝ ਲਿਖਿਆ ਹੈ, ਬਾਣੀ ਸਾਨੂੰ ਸਮਝਾਉਣ ਆਈ ਆ। ਆਖੋ ਵਾਹਿਗੁਰੂ। ਮੈਂ ਤੇ ਖਾਲਸਾ ਜੀ ਹੁਣ ਬਚਨ ਕਰਦੇ ਹੁੰਦੇ ਸਾਂ ਗੱਡੀ 'ਚ, ਵੀ ਜਿਹਨੂੰ ਰੱਬ ਦੀ ਗੱਲ ਦਾ ਪਤਾ ਲੱਗ ਗਿਆ ਉਹਦੇ ਜਿੱਡਾ ਭਾਗਾਂ ਵਾਲਾ ਹੀ ਕੋਈ ਨਹੀਂ। ਵੀ ਰੱਬ ਕੀ ਚੀਜ਼ ਆ, ਰੱਬ ਨੂੰ ਮਿਲਣਾ ਕਿਸ ਤਰ੍ਹਾਂ ਹੈ, ਇਹ ਮਨੁੱਖਾਂ ਦੇ ਕਾਹਦੇ ਲਈ ਮਿਲੀ ਹੈ ਸਾਨੂੰ, ਇਹ ਸਫਲ ਕਾਹਦੇ ਨਾਲ ਹੋਣੀ ਆ, ਇਹ ਸਭ ਕੁਝ ਗੁਰਬਾਣੀ 'ਚ ਲਿਖਿਆ। ਆਖੋ ਵਾਹਿਗੁਰੂ। ਇਹ ਮੇਰੀ ਯਾਤਰਾ ਜਿਹੜੀ ਮਨੁੱਖਾਂ ਦੇ 'ਚ ਮੈਂ ਕੀਤੀ ਹੈ। ਬਹੁਤ ਸਾਰੇ ਲੋਕ ਨੇ ਕਹਿੰਦੇ ਅਸੀਂ ਯਾਤਰਾ 'ਤੇ ਗਏ ਸਾਂ, ਅਤੇ ਤੁਹਾਡਾ ਚੌਂਕੀਦਾਰ ਪੁੱਛਦਾ ਹੁੰਦਾ ਅੱਗੇ ਕਿੱਥੇ ਸੋ? ਨਹੀਂ, ਜਦੋਂ ਤੋਂ ਤੂੰ ਜਨਮ ਲੈ ਕੇ ਆਇਆ ਹੈ ਨਾ, ਇਹ ਵੀ ਮਨੁੱਖਾਂ ਦੇ ਦੀ ਯਾਤਰਾ ਹੈ। ਵੇਖ, ਤੂੰ ਪਹਿਲੀ ਤਾਂ ਯਾਤਰਾ ਸਫਲ ਨਹੀਂ ਕੀਤੀ, ਟਿਕਾਣੇ 'ਤੇ ਤੂੰ ਪਹੁੰਚਿਆ ਨਹੀਂ। ਸਫਲ 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 ਪਈ ਯਾਤਰਾ, ਉਹ ਸਫਲ ਯਾਤਰਾ ਉਦੋਂ ਹੁੰਦੀ ਜਿਸ ਦਿਨ ਆਵਣ ਜਾਣ ਰਹੇ, ਆਵਣ ਜਾਣ ਰਹੇ, ਜਿੱਦਣ ਤੇਰੀ ਰੂਹ ਨੂੰ ਇਹ ਤਸੱਲੀ ਹੋ ਜਾਵੇ ਵੀ ਮੇਰਾ ਹੁਣ ਆਉਣਾ ਜਾਣਾ ਮੁੱਕ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਮੈਂ, ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਮਿਟ ਗਏ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤ ਕੁਰਬਾਨ, ਆਵਾਗੁਣ ਮੇਰਾ ਮਿਟ ਗਿਆ। ਜਿੱਦਣ ਇਹਦੇ ਅੰਦਰ ਖਬਰ ਆਉਣੀ ਸ਼ੁਰੂ ਹੋ ਜਾਵੇ ਵੀ ਆਵਾਗੁਣ ਮਿਟੇ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਏ ਉਧਾਰ, ਇਹ ਸਭ ਕੁਛ ਇਹਨੂੰ ਸੈਨ ਆਉਣੇ ਸ਼ੁਰੂ ਹੋ ਜਾਣ, ਸਮਝ ਲਓ ਵੀ ਇਹਦੀ ਯਾਤਰਾ ਸਫਲ ਹੋ ਰਹੀ। ਅਤੇ ਅਸੀਂ ਯਾਤਰਾ ਦੇ ਵਿੱਚੋਂ ਗਾਹ ਯਾਤਰਾ 'ਤੇ ਤੁਰ ਪਏ ਹਾਂ। ਸਾਹਿਬ ਦੇ ਪਾਵਨ ਬਚਨ ਮੈਂ ਤੁਹਾਨੂੰ ਕਹਿਣ ਲੱਗਾ ਸਰ, ਦੋ ਨੇ ਸ਼ਬਦ, ਇੱਕ ਤਾਂ ਮਿੱਠੀ ਕਰ ਕਰ ਵਿਖਿਆ ਖਾਏ, ਇੱਕ ਉਹ ਲੋਕ ਨੇ ਮਿੱਠੀ ਕਰ ਕਰ ਵਿਸ਼ੇ ਵਕਾਰ ਬੜੇ, ਅੱਗੇ ਹੋ ਗੁਰਮੀਤ ਸਿੰਘ, ਵਿਸ਼ੇ ਵਕਾਰ ਬੜੇ ਮਿੱਠੇ ਲੱਗਦੇ, ਅਤੇ ਮਿੱਠੇ ਕਰ ਕਰਕੇ ਖਾਂਦਾ ਹੈ, ਇਹਨਾਂ ਨੋਟ ਕਰਿਓ, ਐਵੇਂ ਨਹੀਂ ਖਾਂਦਾ। ਮਿੱਠੀ ਕਰ ਕਰ ਅਤੇ ਸਿਰ ਉੱਪਰ ਠਾਡੋ ਧਰਮ ਰਾਏ, ਜਿਹੜੇ ਵਿਸ਼ੇ ਵਕਾਰਾਂ ਨੂੰ ਮਿੱਠੇ ਮਿੱਠੇ ਕਰਕੇ ਖਾਂਦੇ ਨੇ ਭੋਗਦੇ ਨੇ ਨਾ, ਉਹਨਾਂ ਦੇ ਸਿਰ 'ਤੇ ਵੀ ਕੋਈ ਖਲੋਤਾ ਹੈ, ਨਹੀਂ ਪਤਾ ਲੱਗਾ ਪੁੱਤ? ਨਹੀਂ, ਸ਼ਾਂਤ ਹੋ, ਅੰਦਰ ਅੰਦਰੋਂ ਚੁੱਪ ਹੋ, ਸੁਣੋ। ਜਿਹੜੇ ਲੋਕ ਤਰ੍ਹਾਂ ਤਰ੍ਹਾਂ ਦੇ ਵਿਸ਼ੇ ਵਕਾਰ ਭੋਗਦੇ ਨੇ, ਉਹਨਾਂ ਦੇ ਸਿਰ 'ਤੇ ਵੀ ਕੋਈ ਖਲੋਤਾ ਹੈ, ਅਤੇ ਉਹ ਲਿਖਿਆ ਗੁਰਬਾਣੀ 'ਚ, ਸਿਰ ਉੱਪਰ ਠੱਡ ਧਰਮ ਰਾਏ, ਧਰਮ ਰਾਏ ਸਿਰ 'ਤੇ ਖਲੋਤਾ ਹੈ ਕਾਪੀ ਪੈਨਸਲ ਲਿਖ ਕੇ। ਆਖੋ ਵਾਹਿਗੁਰੂ। ਵੀ ਜੋ ਜੋ ਤੂੰ ਖਸਮ ਵਸਾਰ ਕੀਏ ਰਸ ਭੋਗ, ਖਸਮ ਨੂੰ ਭੁੱਲ ਕੇ ਜਿੰਨੇ ਰਸ ਭੋਗ ਤੂੰ ਕੀਤੇ ਨੇ, ਸਜ਼ਾ ਤੈਨੂੰ ਇਹ ਤਾਂ ਤਨ ਉੱਠ ਖਲੋਏ ਰੋਗ, ਉਹਨਾਂ ਦੀ ਇਹ ਤੈਨੂੰ ਸਜ਼ਾ ਮਿਲੀ ਵੀ ਤੇਰੇ ਸਰੀਰ 'ਚ ਰੋਗ ਪੈਦਾ ਹੋ ਗਏ। ਇੱਕ ਉਹ ਗੁਰਸਿੱਖ ਜਿਹੜੇ ਬਾਣੀ ਪੜ੍ਹਨ ਵਾਲੇ ਰੱਬ ਦੇ ਪੈਰ 'ਚ ਰਹਿਣ ਵਾਲੇ, ਉਹਨਾਂ ਦੇ ਸਿਰ 'ਤੇ ਵੀ ਖਲੋਤਾ ਹੈ। ਪਹਿਲੇ ਨੂੰ ਰਿਪੀਟ ਕਰ ਲਿਓ, ਮਿੱਠੀ ਕਰ ਕਰ ਅਤੇ ਸਿਰ ਉੱਪਰ ਠਾਡੋ ਧਰਮ ਰਾਏ, ਉਹ ਲੇਖਾ ਲੈਂਦਾ ਹੈ। ਜਿਹੜੇ ਲੋਕ ਰੱਬ ਦਾ ਨਾਮ ਜਪਦੇ ਨੇ, ਰਹਿਤ ਮਰਿਆਦਾ ਵਿੱਚ ਰਹਿੰਦੇ ਆ,
ਉਹਨਾਂ ਦੇ ਸਿਰ ਤੇ ਵੀ ਲੇਖੇ ਪਾਣ ਵਾਲਾ ਖਲੋਤਾ ਹੈ। ਆਖੋ ਵਾਹਿਗੁਰੂ ਲੇਖੇ ਉਹਦੇ ਤੇ ਲੇਖਾ ਲਿਖਣ ਵਾਲਾ ਬੈਠਾ। ਇੱਕ ਘਰ ਚ ਅਸੀਂ ਠਹਿਰੇ ਸਾਂ, ਆਖੋ ਵਾਹਿਗੁਰੂ ਉਹਨਾਂ ਦੇ ਘਰ ਸਾਹਿਬ ਕਮਾਲ ਪਿਤਾ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਤਸਵੀਰ ਲੱਗੀ ਸੀ ਤੇ ਮੋਰ ਦਾ ਖੰਭ ਲੇਖੇ ਤੇ ਕੁਝ ਲਿਖ ਰਹੇ ਸੀ। ਅੱਧੀ ਰਾਤ ਹੋ ਗਈ, ਪੌਣੇ ਬਾਰਾਂ ਹੋਣ ਲੱਗੇ ਤੇ ਵਚਨ ਕਰਨੋਂ ਸਿੰਘ ਹਟਣ ਨਾ, ਕੋਈ ਕੋਈ ਵਚਨ ਸ਼ੁਰੂ ਹੋ ਜੇ ਕੋਈ ਕੋਈ। ਇੱਕ ਨੇ ਵਿੱਚੋਂ ਆਖਿਆ ਸੁਣਿਓ, ਇੱਕ ਨੇ ਵਿੱਚੋਂ ਆਖਿਆ ਉਹ ਲਿਖ ਰਿਹਾ ਜੇ ਸਭ ਕੁਛ। ਬੰਦੇ ਦੇ ਇੱਕ ਇੱਕ ਕਰਮ ਨੂੰ ਗੁਰੂ ਲਿਖ ਰਿਹਾ ਹੈ ਤੇ ਪਤਾ ਨਹੀਂ ਐਸੀ ਕਿਰਪਾ ਹੋਈ ਕਿਸੇ ਦੇ ਮੂੰਹ ਤੇ ਬੈਠਾ। ਉਹ ਕਹਿੰਦਾ ਤੈਨੂੰ ਕੀ ਪਤਾ ਲਿਖ ਰਿਹਾ ਹੈ ਕਿ ਮਿਟਾ ਰਿਹਾ ਹੈ, ਇਹ ਤੁਹਾਡੀ ਗੰਢ ਤੇ ਗੱਲ ਤੇ ਡਿਪੈਂਡ ਕਰਦੀ ਆ। ਤੁਸੀਂ ਗੱਲਾਂ ਕਿਹੜੀਆਂ ਕਰ ਰਹੇ ਹੋ ਤੇ ਇਹੋ ਜਿਹੀਆਂ ਚੰਗੀਆਂ ਗੱਲਾਂ ਕਰਦੇ ਹੋ, ਭਾਈ ਸਤਸੰਗਤ ਇਸ ਕਰਕੇ ਮਿਲੀ ਆ, ਮਨੁੱਖਾ ਜਨਮ ਇਸ ਕਰਕੇ ਮਿਲਿਆ, ਇਹ ਤੇ ਗੱਲਾਂ ਕਰਦੇ ਰਹੋ ਸਾਰੀ ਰਾਤ। ਜੇ ਇਹ ਗੱਲਾਂ ਕਰਦੇ ਹੋ ਤੇ ਫਿਰ ਉਹ ਕਲਮ ਲੈ ਕੇ ਲਿਖਿਆ ਹੋਇਆ ਨੂੰ ਮਿਟਾ ਰਿਹਾ ਤੁਹਾਡੇ, ਆਖੋ ਵਾਹਿਗੁਰੂ। ਜੇ ਉਹ ਤੋਂ ਵਿਸਰ ਕੇ ਤੁਸੀਂ ਕਿਸੇ ਕਰਮ ਚ ਪਏ ਹੋ, ਮਾੜੀਆਂ ਗੱਲਾਂ ਕਰਦੇ ਹੋ, ਵੈਰ ਵਿਰੋਧੀਆਂ ਕਰਦੇ ਹੋ, ਈਰਖਾ ਦਵੈਦੀਆਂ, ਤੇ ਫਿਰ ਉਹ ਲਿਖ ਰਿਹਾ। ਸਾਹਿਬ ਜੀ ਕਹਿੰਦੇ ਉਹ ਜਿਹੜਾ ਸਿਰ ਤੇ ਖਲੋਤਾ ਧਰਮਰਾਜ ਆ ਉਹ ਵੀ ਇੱਕ ਇੱਕ ਮਿੰਟ ਦੀ ਖਬਰ ਲਿਖਦਾ ਹੈ। ਇਹਨਾਂ ਦੇ ਨਾਲ ਅੱਜ ਵਚਨ ਚੱਲਦੇ ਸੀ ਧਰਮਰਾਜ ਜਬ ਲੇਖਾ ਮੰਗੇ, ਉਹ ਨਹੀਂ ਗੀ ਇੱਥੋਂ, ਬਾਕੀ ਨਿਕਸੀ ਭਾਰੀ ਕਦੀ ਚੇਤਾ ਨਹੀਂ ਆਉਂਦਾ। ਥਰ ਹਰ ਕੰਪੇ ਬਾਲਾ ਜੀ, ਜਿਹਨਾਂ ਨੂੰ ਚੇਤਾ ਆਇਆ ਹੈ, ਜਿਹਨਾਂ ਨੂੰ ਚੇਤਾ ਆਇਆ ਹੈ, ਉਹ ਤਾਂ ਰਾਤ ਕੰਬਦੇ ਨੇ। ਜੇ ਅਸੀਂ ਨਹੀਂ ਕੰਬਦੇ ਸਮਝੋ ਪੱਥਰ ਹੋ ਗਏ। ਆਪਣੀ ਕਰਨੀ ਤੇ ਨਰਕ ਹੋਣਾ ਪਾਵੂ ਠੋਰ, ਜਿਹੜੇ ਬੰਦੇ ਆਪਣੇ ਤੇ ਝਾਤੀ ਮਾਰਦੇ ਆ ਨਾ ਉਹ ਕਹਿੰਦੇ ਆ ਮੈਂ ਇਹੋ ਜਿਹੇ ਕਰਮ ਕੀਤੇ ਨੇ ਮੈਨੂੰ ਨਰਕਾਂ ਚ ਵੀ ਜਗ੍ਹਾ ਨਹੀਂ ਮਿਲਣੀ। ਆਪਣੀ ਕਰਨੀ ਤੇ ਨਰਕ ਹੋਣਾ ਪਾਵੂ ਠੋਰ, ਭਾਈ ਗੁਰਦਾਸ ਸਾਹਿਬ ਕਹਿੰਦੇ ਮੈਨੂੰ ਆਪਣੇ ਆਪ ਤੇ ਜਦੋਂ ਮੈਂ ਝਾਤੀ ਮਾਰਦਾ ਨਾ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਮੈਨੂੰ ਨਰਕਾਂ ਚ ਵੀ ਜਗ੍ਹਾ ਨਹੀਂ ਮਿਲਣੀ। ਮਗਰ ਉਹਦਾ ਬਿਰਧ ਉਹਦਾ ਸੁਭਾਅ ਮੈਨੂੰ ਚੇਤੇ ਆਉਂਦਾ ਤੇ ਫਿਰ ਮੈਨੂੰ ਆਸਰਾ ਆ ਜਾਂਦਾ ਅੰਦਰ, ਉਹ ਬਖਸ਼ਾਂਦਿਆਂ ਬਖਸ਼ ਦੂਗਾ। ਲਿਖ ਰਿਹਾ ਉਹ ਇੱਕ ਇੱਕ ਮਿੰਟ ਦੀ ਕਹਾਣੀ, ਜਿਹੜਾ ਧਰਮਰਾਜ ਆ ਉਹ ਵੀ ਲਿਖ ਰਿਹਾ ਹੈ ਤੇ ਇੱਧਰੋਂ ਗੁਰੂ ਲੇਖੇ ਮਿਟਾ ਰਿਹਾ ਹੈ। ਸਿਰ ਦੇ ਉੱਤੇ ਖਲੋਤਾ ਸਿਰ ਉੱਪਰ ਠਾਡਾ ਗੁਰਸੂਰਾ, ਜਿਹਦੇ ਸਿਰ ਤੇ ਗੁਰੂ ਸੂਰਮਾ ਖਲੋਤਾ ਹੈ, ਨਾਨਕ ਤਾਕੈ, ਉਹਦੇ ਕਾਰਜ ਸਾਰੇ ਜ਼ਿੰਦਗੀ ਦੇ ਪੂਰੇ ਨੇ। ਤੇ ਇਹਨਾਂ ਨਾਲ ਵਚਨ ਚੱਲਦਾ ਸੀ ਧਰਮ ਰਾਏ ਜਬ ਲੇਖਾ ਮੰਗ ਬਾਕੀ ਨਿਕਸੀ ਭਾਰੀ। ਚੇਤਾ ਕਰੋ ਮੇਰੀ ਉਹ ਧੀਓ ਵੀਰੋ ਗੁਰਸਿੱਖੋ, ਹਰ ਜਿੰਦ ਦਾ ਇਹਦੇ ਨਾਲ ਨਾਤਾ ਹੈ। ਤੁਸੀਂ ਬਹੁਤ ਵਾਰ ਇਹ ਸੋਚ ਕੇ ਬੈਠੀਆਂ ਰਹਿੰਦੀਆਂ ਜੇ ਵੀ ਅਸੀਂ ਔਰਤਾਂ ਵਾਂ, ਤੁਸੀਂ ਔਰਤਾਂ ਨਹੀਂ, ਇਸ ਬਾਉਂਡਰੀ ਦੇ ਅੰਦਰ ਆਣ ਕੇ ਤੁਸੀਂ ਸਿੱਖ ਹੋ। ਇੱਕ ਜਗ੍ਹਾ ਤੇ ਸਿੱਖਣੀ ਸ਼ਬਦ ਨਹੀਂ ਲਿਖਿਆ, ਕਿੱਥੋਂ ਇਹਨਾਂ ਨੂੰ ਸਿੱਖਣੀ ਨਹੀਂ ਕਿਹਾ। ਆਖੋ ਵਾਹਿਗੁਰੂ ਬਾਣੀ ਵਿੱਚ ਇਹਤੇ ਔਰਤ ਮਰਦਾਂ ਸਾਜੇ, ਔਰਤਾਂ ਤੇ ਮਰਦ ਜਿਹੜੇ ਸਾਜੇ ਨੇ, ਇੱਥੇ ਫਰਕ ਨਹੀਂ ਪਾਇਆ ਸਰਕਾਰ ਨੇ। ਆਖਿਆ ਇਹ ਸਭ ਰੂਪ ਤੁਮਾਰੇ, ਬੋਲੋ ਇੱਕ ਵਾਰ, ਤੇ ਜੇ ਰੂਪ ਹੀ ਉਹਦੇ ਨੇ ਤੇ ਔਰਤ ਮਰਦ ਕਿੱਥੋਂ ਆ ਗਏ? ਨਾ ਨਰ ਹੈ ਨਾ ਨਾਰ ਹੈ ਨਾ ਸਿੰਘ ਹੈ ਨਾ ਸਿਆਰ ਹੈ, ਉਹ ਨਾ ਔਰਤ ਆ ਤੇ ਨਾ ਉਹ ਮਰਦ ਆ। ਆਖੋ ਵਾਹਿਗੁਰੂ। ਕਿਤੇ ਕਹਿੰਦੇ ਆਪੇ ਪੁਰਖ ਆਪ ਹੀ ਨਾਰੀ, ਇਹ ਭੇਦ ਤੁਸੀਂ ਆਪਣੇ ਕੱਢੋ। ਇਹ ਤੇ ਵਿਚਾਰੀਆਂ ਇਸ ਤਰ੍ਹਾਂ ਬੈਠੀਆਂ ਰਹਿੰਦੀਆਂ ਵੀ ਅਸੀਂ ਤੇ ਔਰਤਾਂ ਹੈ ਜੀ। ਇਹ ਗੁਰੂ ਨਾਨਕ ਦਾ ਘਰ ਆ, ਜਦੋਂ ਉੱਥੋਂ ਤੁਸੀਂ ਅੰਦਰ ਐਂਟਰੀ ਮਾਰ ਲਈ ਹੈ ਨਾ, ਤੁਸੀਂ ਅਸਲੀ ਰੂਪ ਵਿੱਚ ਪ੍ਰਗਟ ਹੋ ਗਏ ਵੀ ਇੱਥੇ ਕੋਈ ਨਾ ਮਰਦ ਹੈ ਨਾ ਇੱਥੇ ਔਰਤ ਆ, ਇਹ ਸਾਰੇ ਉਹਦੇ ਰੂਪ ਨੇ। ਇੱਕ ਵਾਰ ਮੈਨੂੰ ਦੱਸੋ ਵੀ ਜਦੋਂ ਬਾਣੀ ਚ ਆਵਾਜ਼ ਮਾਰੀ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਤੇ ਫਿਰ ਇਹਨਾਂ ਨੂੰ ਆਵਾਜ਼ ਨਹੀਂ ਪਈ? ਬੋਲੋ ਨਾ ਇੱਕ ਵਾਰ ਤਗੜੇ ਹੋ ਕੇ ਸਮਝ ਕੇ ਗੱਲ ਨੂੰ। ਇਹਨਾਂ ਨੂੰ ਵੀ ਤੇ ਆਵਾਜ਼ ਮਾਰੀ ਹੋਊਗੀ ਤੇ ਸਿੱਖਣੀ ਕਹਿ ਕੇ ਤੇ ਮਾਰੀ ਨਹੀਂ, ਸਿੱਖ ਕਹਿ ਕੇ ਬੁਲਾਇਆ, ਤੁਹਾਨੂੰ ਵੀ ਕਿਹਾ ਵਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਸਿੱਖ ਕਿਹਾ ਹੈ। ਕਿੰਨਾ ਪਰ ਉਪਕਾਰ ਕੀਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ, ਤੁਹਾਡੀ ਵੰਡ ਨਹੀਂ ਕੀਤੀ, ਤੁਹਾਨੂੰ ਸਾਰਿਆਂ ਨੂੰ ਸਿੱਖ ਕਿਹਾ, ਰਹਿਣੀ ਰਹੇ
वो ए भी लागूगा, कल साडे लिए थोड़ा जिन्हों के मुंह से दाड़ी आई उ सिख ने, तो यह दाड़ियां इन्हों के नहीं आईया सिख नहीं ना, उत्थे आवाज सांझी पई है। साखी महापुरख बोलते सांझी सगल जहान ने, सारे संसार की गुरबाणी बोल रही है भी तुसी सारे सिख हो। जिहड़ा गुर सतगुर का जो सिख खाए आखो वाहिगुरु, वह कि इन्हों नहीं किया, इतने लीक मारती भी आ विच बाउंडरी की है भी इधर औरतां बहनगे इधर मर्द कहेंगे, मेरा उपदेश तो केवल मर्दां नूं आ, इतना बाणी प्रभु की सारे नूं बोलण दी भावें औरतां हुण। अज तो तुसीं नोट कर लो भी गुरु की नज़र विच तुसीं औरतां नहीं, जे गुरु की नज़र विच तुसीं सिख हो आखो वाहिगुरु। ते मेरियां भैणां मेरियां बीबियां बेचारियां वड्डियां वडेरियां ने सानू सिखा वांग लड़ के विखाया है, जिस तरह सिखा ने खंडा वाया उतना बीबी दीप कौर ने वाया। इस करके तुहानू बेनती है भी अपने हकूक नू संभालो, हक नू संभालो, तुसी पिछे ना छुप के रहा करो। तुहानू भी गुरु गोबिंद सिंह महाराज पातशाह ने उन्ना ही प्यार दिता है जिन्ना सिख नू दिता है, सिख कह के बुलाया, सो सिख सखा बंधप है भाई जे गुर कह अपन भाने जो चलै भाई, विछड़ चोटा खाए, जिहड़ा अपने भाने विच रहिंदा है विछड़ के रब तो चोटा खांदा है। मैं बचन कहन लिया सां भी मेरे साहब ने एक फल दिता सुख दा, सुख उस जीव नूं मिले जिहड़े नाम ते आएन ते सुख फल पाएन, नाम तो बिना। किन्ना सोहना बचन लिखिया, सुख नहीं बहुते धन खट्टे, असीं ते एक स्टोर तो दस स्टोर कर लैना भी बहुता पैसा कमा लांगे शायद सुखी हो जाइए। सुनो बापू नू, बापू कहिंदा नहीं दस स्टोर बना के भी तू सुखी नहीं हो सकता, सुख नहीं ते सुख नहीं पेखे निरित नाटे। अज जिथे तुसी बैठे इधर भी इशारा किया, सुख नहीं बहुत देश कमाए, असी भजदे हां उत्थों, वैसे तो ताणा माणा सारा उलझिया पिया। आखो वाहिगुरु, ये अज उलझी ताणी की गल करता सी दुपहरे उत्थे के राती करता सी, ते मैं इनू कहन लगा सां भी एक शब्द कढ़ उर्जी ताणी, बोलो बाणी आ, बाणी चो बाहर नहीं जांदा तुहाडा सेवादार। उर्जी ताणी इस वेले समाज की उलझ गई, ते उलझ गई होवे ना ते नाल लिखिया उर्जी ताणी किछ ना बसाए। जदों ताणी उलझ जाए ना ते कोई वस नहीं चलता, तुसी जो मर्जी कर लो, इको ही है प्रभ सिमरत किछ बिघन ना लगे। जे तुसी जिंदगी च ताणी नू सुलझाउणी चाहुंदे हो इको ही काम आ तुहाडे कोल, मेरे गुरु दा दित्ता जप लो वाहिगुरु वाहिगुरु दा नाम, ये सारे कारज रास कर दू, सारियां ताणियां उलझियां होईयां नू सिद्धियां कर दूगा। जे तुसी विश्वास करके जपना शुरू कर दो वाहिगुरु 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 वाहिगुरु, हाँ हाँ हाँ, जपो भी जुड़ के जपो मुंह तो कहो ते कन्ना तो सुनो, समाधि लग जूगी। Why?
ਮੂੰਹ ਤੋਂ ਕਹੋ, ਕੰਨਾਂ ਤੋਂ ਸੁਣੋ, ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਸੁਖਮਨੀ ਸਾਹਿਬ ਜੀ ਇੱਕ ਬਚਨ ਪੜ੍ਹ ਦਿਓ ਆਪ ਜੀ, ਸਿਮਰੋ ਸਿਮਰ ਸਿਮਰ ਕਲ ਕਲੇਸ਼। ਕਦੀ ਕਿਸੇ ਨੇ ਕਿਹਾ ਮੇਰੇ ਸਰੀਰ ਵਿੱਚ ਕਲੇਸ਼ ਆ, ਕਿਹਾ ਕਿਸੇ ਕੋਲੋਂ ਸੁਣਿਆ ਜੇ? ਭੈਣੋ ਤੁਸੀਂ ਦਿਓ ਚੇਤਾ ਥੋੜ੍ਹਾ ਜਿਹਾ, ਤੁਹਾਡੇ ਚੋਂ ਕਦੀ ਕਿਸੇ ਨੇ ਇਸ ਤਰ੍ਹਾਂ ਕਿਹਾ ਹੈ ਮੇਰੇ ਅੰਦਰ ਕਲੇਸ਼ ਆ? ਹਾਜ਼ਰ ਰਹੋ ਅਤੇ ਮੇਰੇ ਵੱਲ ਵੇਖ ਕੇ ਦੱਸੋ ਮੈਨੂੰ ਕੀ ਤੁਸੀਂ ਖਬਰ ਦਿੰਦੇ ਹੋ ਜਿਹਨੂੰ ਮਿਲਦੇ ਹੋ, ਕਹਿੰਦੇ ਮੇਰੇ ਘਰ 'ਚ ਕਲੇਸ਼ ਹੈ। ਇਹ ਕਹਿੰਦੇ ਆ ਥੋੜ੍ਹਾ ਜਿਹਾ ਹਾਜ਼ਰ ਹੋ ਗਿਆ, ਇਹ ਰਟਣ ਲਾਉਂਦੇ। ਕੋਈ ਬਾਬਾ ਆਵੇ, ਕੋਈ ਸੰਤ ਮਹਾਤਮਾ ਆਵੇ, ਕੋਈ ਭਾਈ ਸਾਹਿਬ ਆਵੇ, ਭਾਈ ਸਾਹਿਬ ਜੀ ਕੋਈ ਅਰਦਾਸ ਕਰੋ, ਸਾਡੇ ਘਰ 'ਚ ਬਹੁਤ ਕਲੇਸ਼ ਆ। ਸਮਝਿਆ ਜੀ, ਹੁੰਦਾ ਘਰ 'ਚ ਕਲੇਸ਼ ਕੋਈ? ਆਖੋ ਵਾਹਿਗੁਰੂ ਚਿੱਥ ਲਿਆ ਜੇ ਪਤਾ ਲੱਗ ਗਿਆ ਮੈਂ ਕੀ ਕਿਹਾ। ਕਿਸੇ ਦੇ ਘਰ 'ਚ ਕਲੇਸ਼ ਨਹੀਂ ਗਾ ਜੇ ਘਰ ਦੇ ਸਾਰੇ ਜੀ ਬਾਹਰ ਆ ਜਾਣ ਨਾ ਤੇ ਸੋਫੇ ਲੜਦੇ ਨਹੀਂ ਗੇ। ਜੇ ਘਰ 'ਚ ਕਲੇਸ਼ ਹੋਵੇ ਨਾ ਤੁਸੀਂ ਬਾਹਰ ਆ ਜਾਓ ਤੇ ਤੁਹਾਡੇ ਸੋਫੇ ਲੜਨ ਲੱਗ ਪੈਣ, ਤੁਹਾਡੀਆਂ ਫਰਿੱਜਾਂ ਤੁਹਾਡੇ ਭਾਂਡੇ ਲੜਨ। ਨਹੀਂ ਅਜੇ ਪਕੜ 'ਚ ਨਹੀਂ ਆਇਆ। ਭਾਈ ਸਾਹਿਬ ਆਇਆ ਸਾਹਿਬ ਗੁਰੂ ਅਰਜਨ ਦੇਵ ਕੋਈ ਨਿਆਣੇ ਨਹੀਂ ਸੀ ਜਿਨ੍ਹਾਂ ਨੇ ਘਰ 'ਚੋਂ ਕਲੇਸ਼ ਨਹੀਂ ਮਿਟਾਉਣ ਨੂੰ ਕਿਹਾ। ਕਲੇਸ਼ ਇਨਸਾਨ ਦੇ ਅੰਦਰ ਆ। ਆਖੋ ਵਾਹਿਗੁਰੂ। ਜਦੋਂ ਇੱਕ ਦੇ ਅੰਦਰ ਕਲੇਸ਼ ਹੁੰਦਾ ਨਾ ਤੇ ਉਹ ਕਲੇਸ਼ ਫਿਰ ਦੂਸਰੇ ਨਾਲ ਟਕਰਾਉਂਦਾ। ਮੱਥੇ 'ਤੇ ਵੱਟ ਘਰ ਪਾਉਂਦਾ ਹੈ ਕਿ ਬੰਦਾ ਪਾਉਂਦਾ ਹੈ? ਬੋਲੋ, ਸੜੇ ਬੋਲ ਘਰ ਬੋਲਦਾ ਹੈ ਕਿ ਬੰਦਾ ਬੋਲਦਾ ਹੈ? ਕਲੇਸ਼ ਦੀ ਜੜ ਤੇ ਫਿਰ ਸਰੀਰ ਦੇ ਅੰਦਰ ਆ। ਗੁਰੂ ਅਰਜਨ ਦੇਵ ਸਾਹਿਬ ਨੇ ਤਾਂ ਕਿਹਾ ਵੀ ਘਰ ਨੇ ਤੇ ਸਿਮਰਨ ਕਰਨਾ ਨਹੀਂ, ਸਿਮਰਨ ਤੇ ਕਰਨਾ ਸਰੀਰ ਨੇ, ਤੇ ਤੂੰ ਸਰੀਰ ਵਿੱਚ ਵਾਹਿਗੁਰੂ 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 ਕਰਨਾ ਸਿੱਖ, ਤੇਰੇ ਅੰਦਰੋਂ ਜਿੰਨੇ ਕਲੇਸ਼ ਨੇ ਬਾਹਰ ਨਿਕਲ ਆਉਣਗੇ। ਆਖੋ ਵਾਹਿਗੁਰੂ, ਗੱਜ ਕੇ ਬੋਲੋ, ਕੱਲ ਕਲੇਸ਼ ਮੇਰੇ ਸਤਿਗੁਰੂ ਪਾਤਸ਼ਾਹ ਦਾ ਵਚਨ ਮੰਨਦੇ ਹੋਏ ਇਹਨੂੰ ਇਹ ਨਾ ਕਹੋ ਵੀ ਕਥਾ ਘੱਟ ਤੇ ਨਾਮ ਜ਼ਿਆਦਾ ਹੈ। ਗੁਰੂ ਕਹਿ ਸਿੱਖਾ ਕਥਾ ਬਹੁਤ ਸੁਣ ਲਈ, ਤੂੰ ਬੜੀ ਸੁਣੀ, ਗਿਆਨੀਆਂ ਧਿਆਨੀਆਂ ਨੂੰ ਸੁਣਿਆ, ਜੇ ਇੰਨੀ ਕਥਾ ਸੁਣਨ ਤੋਂ ਬਾਅਦ ਵੀ ਕਲੇਸ਼ ਨਹੀਂ ਨਾ ਮਿਲ ਰਿਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀ ਗੱਲ ਮੰਨ ਕੇ ਤੂੰ ਨਾਮ ਜਪਣਾ ਸ਼ੁਰੂ ਕਰ ਦਿਉ। ਆਖੋ ਵਾਹਿਗੁਰੂ। ਗੁਰੂ ਅਰਜਨ ਦੇਵ ਸਾਹਿਬ ਦਾ ਵਚਨ ਮੰਨ ਕੇ ਤੁਸੀਂ ਉਹ ਕੰਮ ਕਰਨਾ ਸ਼ੁਰੂ ਕਰ ਦਿਉ ਜਿੱਧਰ ਇਸ਼ਾਰਾ ਗੁਰੂ ਅਰਜਨ ਦੇਵ ਸਾਹਿਬ ਜੀ ਕਰ ਰਹੇ ਆ। ਉਠਤ ਸੁਖੀਆ ਬੈਠਤ ਸੁਖੀਆ, ਆ ਮੈਂ ਤੈਨੂੰ ਇੱਕ ਦਵਾਈ ਦਾ, ਜਦੋਂ ਉੱਠੇਗਾ ਉਦੋਂ ਵੀ ਸੁਖੀ ਹੋਏਗਾ, ਜਦੋਂ ਬਹੇਗਾ ਉਦੋਂ ਵੀ ਸੁਖੀ ਹੋਏਗਾ। ਭਉ ਨਹੀਂ ਲੱਗੇ ਜਾਂ ਐਸੇ ਬੁਝੀਆ। ਤੇ ਸਾਨੂੰ ਜਿਹੜਾ ਪੜਾਉਂਦਾ ਉਹ ਕਹਿੰਦਾ ਸੀ ਸਾਰੇ ਸ਼ਬਦ ਦੇ ਵਿੱਚੋਂ ਇੱਕ ਵਾਰ ਮੈਨੂੰ ਦੱਸੋ ਵੀ ਇਹ ਬੁਝੀਆ ਜਿਹੜਾ ਸ਼ਬਦ ਆ, ਬੁਝੀਆ ਮੈਨੂੰ ਬੁਝਣਾ, ਐਸੇ ਬੁਝੀਆ ਇਹੋ ਜਿਹੀ ਜਿਹਨੇ ਗੱਲ ਬੁਝ ਲਈ ਉਹਨੂੰ ਕੋਈ ਡਰ ਨਹੀਂ। ਉਹ ਕਿਹੜਾ ਹੈ ਇਸ ਸ਼ਬਦ 'ਚ ਕੀ ਇਸ਼ਾਰਾ ਹੈ, ਕੀ ਬੁੱਝਣ ਵਾਲਾ ਇਸ਼ਾਰਾ ਹੈ? ਥੋੜਾ ਭਾਰ ਪਾਓ, ਦੱਸੋ ਭੈਣ। ਆਖੋ ਵਾਹਿਗੁਰੂ। ਵੇਖੋ ਚੁੱਪ ਨਾ ਹੋ, ਵੀਰ ਰਸ 'ਚ ਰਹੋ, ਕੋਈ ਗੱਲ ਨਹੀਂ, ਨਹੀਂ ਪਤਾ ਲੱਗਾ ਤੇ ਧਿਆਨ ਨਹੀਂ ਕਦੀ ਗਿਆ। ਇਹ ਸ਼ਬਦ ਆਮ ਨਿੱਕੇ ਨਿੱਕੇ ਬੱਚਿਆਂ ਨੂੰ ਜਦੋਂ ਕੀਰਤਨ ਭਾਈ ਸਾਹਿਬ ਸਿਖਾਉਂਦੇ ਨਿੱਕੇ ਨਿੱਕੇ ਬੱਚੇ ਪੜ੍ਹਦੇ, ਮਗਰ ਵੱਡਿਆਂ ਪੜ੍ਹਿਆ ਬੱਚਿਆਂ ਪੜ੍ਹਿਆ ਇਸ ਸ਼ਬਦ ਦੇ ਵਿੱਚੋਂ ਇੱਕ ਕੁੰਡੀ ਨਾ ਲੱਭੀ, ਜਿਹੜੀ ਕੁੰਡੀ ਫੜਿਆ ਸਾਰਾ ਕੁਝ ਸਹੀ ਹੁੰਦਾ ਹੈ। ਉਹ ਆ ਰਾਖਾ ਏਕ ਏਕ, ਇਹ ਸ਼ਬਦ ਫੜਨਾ ਸੀ। ਇਹ ਸਾਰੇ ਸ਼ਬਦ ਦੇ ਵਿੱਚੋਂ ਇਸ ਗੱਲ ਨੂੰ ਫੜਨਾ ਸੀ ਵੀ ਮੇਰੀ ਜ਼ਿੰਦਗੀ ਦਾ ਰਾਖਾ ਇੱਕੋ ਵਾਹਿਗੁਰੂ ਪਰਮੇਸ਼ੁਰ, ਬਸ ਕੰਮ ਹੋ ਗਿਆ। ਨਹੀਂ, ਮੈਂ 10 ਖਸਮ ਨਹੀਂ ਬਣਾਏ, ਇੱਕੋ ਖਸਮ ਬਣਾਇਆ। ਮੈਂ ਸੁੱਖਾਂ ਦਾ ਦਾਤਾ ਦਸਾਂ ਨੂੰ ਨਹੀਂ ਮੰਨਿਆ,
ਯਾਰਾਂ ਨੂੰ ਨਹੀਂ ਮੰਨਿਆ, ਬਾਰਾਂ ਨੂੰ ਨਹੀਂ ਮੰਨਿਆ, ਮੈਂ ਸੁੱਖਾਂ ਦਾ ਦਾਤਾ ਇੱਕ ਨੂੰ ਮੰਨਿਆ, ਅਖ ਵਾਹਿਗੁਰੂ। ਇੱਕ ਬਾਰੇ ਬੜੇ ਇਸ਼ਾਰੇ ਨੇ, ਇੱਕੋ ਏਕ ਏਕ ਬਖਾਨਾ, ਜਿੰਨੇ ਇੱਕ ਇੱਕ ਕਹਿਣਾ ਸ਼ੁਰੂ ਕਰਤਾ ਨਾ, ਇੱਕ ਹੀ ਆ, ਇੱਕ ਹੀ ਆ, ਇੱਕ ਹੀ ਆ, ਇੱਥੋਂ ਦੀ ਨਹੀਂ ਇੱਤ ਉੱਤ ਕੀ ਉਹ ਸੋਝੀ ਜਾਣੇ, ਇੱਥੋਂ ਦੀ ਤੇ ਉੱਥੋਂ ਦੀ ਸੋਝੀ ਉਹਨੂੰ ਜਿੰਦੀ, ਜਿਹੜਾ ਕੀ ਕਹਿੰਦਾ, ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਇੱਕੋ ਇੱਕੋ ਹੈ ਭਾਈ ਇੱਕੋ ਹੈ ਭਾਈ ਇੱਕੋ ਹੈ ਇੱਕੋ ਆ ਫੜਨਾ ਸੀ ਵਿੱਚੋਂ ਆ ਗਿਆ ਸੂਤਰ ਹੱਥ ਚ ਸਾਰੇ ਸ਼ਬਦ ਵਿੱਚ। ਜਿੱਦਣ ਤੂੰ ਇਹ ਕਹਿ ਦੇਗਾ ਨਾ ਮੇਰਾ ਰਾਖਾ ਇੱਕ ਆ ਤੇ ਉਹਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਆ, ਗੁਰੂ ਗ੍ਰੰਥ ਸਾਹਿਬ ਕਹਿ ਲਾ, ਸਾਰੇ ਇੱਕੋ ਹੀ ਸਰੂਪ ਨੇ, ਆਖੋ ਵਾਹਿਗੁਰੂ। ਜਿੱਦਣ ਤੂੰ ਇਹ ਕੁੰਡੀ ਫੜ ਲਈ ਨਾ, ਉਦਣ ਉਠਤ ਸੁਖੀ ਆ ਡਰ ਹੀ ਨਹੀਂ ਆਊਗਾ, ਬੈਠਤ ਸੁਖੀ ਆ ਉਦਣ ਤੋਂ ਭਾਉ ਨਹੀਂ ਲੱਗ ਗਏ, ਜਾਂ ਐਸੇ ਬੁਝੀ ਆ, ਐਸੇ ਬੁਝੀ ਆ ਕੀ ਵੀ ਰਾਖਾ ਇੱਕ ਅਜੇ ਨਹੀਂ ਆਉਣ ਡੀ, ਅਜੇ ਅੰਦਰ ਵਰਤ ਨਹੀਂ ਰਿਹਾ ਸ਼ਬਦ ਜਾ ਕੇ ਵੀ ਜੋ ਦਾਸਰਾ ਤੁਹਾਡਾ ਕਹਿਣਾ ਚਾਹੁੰਦਾ ਹੈ ਵੀ ਤੁਸੀਂ ਇੱਕ ਵਾਰ ਇੱਕ ਗੱਲ ਤੇ ਖਲੋ ਜਾਓ, ਇੱਕੋ ਹੀ ਆ, ਆਖੋ ਵਾਹਿਗੁਰੂ, ਭਾਉ ਨਹੀਂ ਲੱਗਦਾ ਜੋ ਐਸੇ ਬੁਝੀ ਆ। ਜਿੱਦਣ ਕਦੀ ਇੱਕ ਨਾਲ ਤੂੰ ਜੁੜ ਗਿਓ, ਇੱਕ ਦਾ ਪੱਲਾ ਫੜ ਲਿਆ, ਇਹ ਕੱਲ ਸ਼ਬਦ ਪੜ੍ਹਦੇ ਸੀ ਪਤਾ ਨਹੀਂ ਤੁਹਾਨੂੰ ਚੇਤਾ ਹੈ ਕਿ ਨਹੀਂ, ਆਖੋ ਵਾਹਿਗੁਰੂ। ਅੰਚਲ ਗਹਿ ਕੇ ਸਾਧਕਾ, ਅੰਚਲ ਕਹਿੰਦੇ ਪੱਲੇ ਨੂੰ, ਬੋਲੋ ਭਲਾ, ਅੰਚਲ ਗਹਿ ਕੇ ਮਤਲਬ ਫੜ ਕੇ, ਅੰਚਲ ਗਹਿ ਕੇ ਸਾਧਕਾ ਤਰਨਾ ਇਹ ਸੰਸਾਰ, ਇਹ ਸੰਸਾਰ ਦੇ ਸਮੁੰਦਰ ਤੋਂ ਤਾਂ ਤਰਿਆ ਜਾਣਾ ਹੈ ਜੇ ਇੱਕ ਦਾ ਸਾਧੂ ਦਾ, ਸਾਧੂ ਕੌਣ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਦਾ ਪੱਲਾ ਜਿੱਦਣ ਕਿਤੇ ਫੜ ਲਿਆ ਨਾ, ਇਹ ਪਾਰ ਲੰਘਾ ਦੂ, ਇਹ ਡੁੱਬਣ ਨਹੀਂ ਦਿੰਦਾ, ਬੇੜੇ ਡੁੱਬਣ ਨਾਹੇ ਭਾਉ। ਜਿਨ੍ਹਾਂ ਦੇ ਅੰਦਰ ਕਿਤੇ ਗਰੀਬ ਨਵਾਜ ਪਾਤਸ਼ਾਹ ਦਾ ਡਰ ਪੈਦਾ ਹੋ ਗਿਆ ਵੀ ਮੈਂ ਇਹਦਾ ਪੱਲਾ ਛੱਡ ਕੇ ਹੋਰ ਕਿਸੇ ਦਾ ਨਹੀਂ ਫੜਨਾ, ਉਹਦੇ ਬੇੜੇ ਡੁੱਬਣ ਹੀ ਨਹੀਂ ਦਿੰਦਾ ਰੱਬ। ਆਖੋ ਵਾਹਿਗੁਰੂ। ਤੁਸੀਂ ਕਦੀ ਵੇਖਿਆ ਕੋਈ ਮੇਲੇ 'ਚ ਛੋਟਾ ਜਿਹਾ ਬੱਚਾ ਆਪਣੇ ਬਾਪ ਨਾਲ ਜਾਵੇ, ਸੁਚੇਤ ਹੋ ਕੇ ਬੈਠੋ, ਮੇਲੇ ਭਰੇ 'ਚ ਗਿਆ, ਮੇਲਾ ਬੜਾ ਲੱਗਾ ਸੀ ਸੋਹਣਾ, ਉੱਥੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਵੀ ਸੀ, ਤਰ੍ਹਾਂ ਤਰ੍ਹਾਂ ਦੇ ਖਿਡੌਣੇ ਵੀ ਸੀ, ਅਤੇ ਬੱਚੇ ਨੇ ਉਂਗਲ ਫੜੀ ਸੀ ਪਿਓ ਦੀ, ਪਕੜ ਰਹੇ ਹੋ ਜੀ, ਬੱਚੇ ਨੇ ਉਂਗਲ ਫੜੀ ਸੀ ਪਿਓ ਦੀ, ਉੱਧਰ ਅਟਰੈਕਟ ਹੁੰਦਾ ਗਿਆ ਖਿਡੌਣਿਆਂ ਵੱਲ ਅਤੇ ਮਠਿਆਈਆਂ ਵੱਲ, ਆਖੋ ਵਾਹਿਗੁਰੂ। ਅਤੇ ਇਸ ਤਰ੍ਹਾਂ ਫੜੀ 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 ਉਂਗਲ ਖਿਸਕਦੀ ਖਿਸਕਦੀ ਛੁੱਟ ਗਈ, ਅਤੇ ਜਿਹੜਾ ਗੁਆਚਾ ਹੁੰਦਾ ਉਹ ਇਸ ਤਰ੍ਹਾਂ ਵੇਂਹਦਾ, ਬਾਪ ਤੁਰਿਆ ਗਿਆ ਵੀ ਚੱਲ ਇੱਥੇ ਹੀ ਹੈ। ਉਸੇ ਵੇਲੇ ਠੱਗਾਂ ਨੂੰ ਪਤਾ ਲੱਗ ਗਿਆ ਵੀ ਇਹਨੇ ਆਪਣੇ ਪਿਓ ਦੀ ਉਂਗਲ ਛੱਡਤੀ, ਠੱਗ ਮਗਰ ਲੱਗ ਗਏ, ਆਖੋ ਵਾਹਿਗੁਰੂ। ਉਹਨਾਂ ਨੇ ਆਣ ਕੇ ਆਖਿਆ ਮੇਰਾ ਪੁੱਤ ਰੋਂਦਾ ਕਿਉਂ ਆ, ਆਹ ਆਈਸਕ੍ਰੀਮ ਲੈ ਕੇ ਦਈਏ, ਉਹਨੂੰ ਪਤਾ ਨਹੀਂ ਸੀ ਵੀ ਪਿਓ ਦੀ ਤੁੱਧ ਛੋਡਣ ਸੇ ਦੁਰਜਨਾ, ਪੜੇ ਦੋਜਕ ਕੇ ਸੂਲ, ਤੇਰੀ ਉਂਗਲ ਛੱਡਣ ਕਰਕੇ ਤੇ ਬੜੀਆਂ ਸੂਲਾਂ ਸਹਿਣੀਆਂ ਪੈਣੀਆਂ, ਉਂਗਲ ਜੂ ਛੁੱਟ ਗਈ ਪਿਓ ਦੀ, ਤੇ ਇਹਨੂੰ ਪਤਾ ਨਹੀਂ ਲੱਗਾ ਵੀ ਮੈਂ ਕਿਹੜੇ ਵੇਲੇ ਉਂਗਲ ਛੱਡ ਕੇ ਖਿਡੌਣਿਆਂ ਚ ਐਸਾ ਮਸਤ ਹੋਇਆ, ਉਧਰ ਨੂੰ ਵੇਂਹਦਾ ਰਿਹਾ, ਉਹਨਾਂ ਨੇ ਚੁੱਕ ਲਿਆ। ਆਖੋ ਵਾਹਿਗੁਰੂ। ਗੁਰੂ ਕਿਹਾ ਸਿੱਖਾ ਕਿਸੇ ਉਹਨਾਂ ਰੂਹਾਂ ਦੇ ਕੋਲ ਬਹਿ ਕੇ ਵੇਖ ਜਿਹਨਾਂ ਕਮਾਈ ਕੀਤੀ, ਕੀ ਕਿਹਾ, ਕਮਾਈਆਂ ਕੀਤੀਆਂ ਜਿਹਨਾਂ ਨੇ, ਉਹ ਇਹ ਸੁਣਾਉਂਦੇ ਨੇ ਗੱਲਾਂ, ਕਹਿੰਦੇ ਜਦੋਂ ਉਂਗਲ ਛੁੱਟ ਗਈ ਇਹ ਖਿਡੌਣਿਆਂ ਵੱਲ ਨੂੰ ਇੰਨਾ ਹੋ ਗਿਆ, ਇੱਕ ਖਿਡੌਣਾ ਦੋ ਖਿਡੌਣਾ, ਪਿੱਛੋਂ ਠੱਗ ਨੂੰ ਪਤਾ ਲੱਗਾ ਵੀ ਇਹਨੇ ਪਿਓ ਦੀ ਉਂਗਲ ਛੱਡਤੀ, ਉਹਨੇ ਪਹਿਲੋਂ ਆਈਸਕ੍ਰੀਮ ਲੈ ਤੀ, ਆਈਸਕ੍ਰੀਮ ਖਾਂਦਾ ਖਾਂਦਾ ਕਹਿੰਦਾ ਮੈਂ ਉਹ ਵੀ ਚੀਜ਼ ਲੈਣੀ, ਮੈਂ ਉਹ ਵੀ ਚੀਜ਼ ਲੈਣੀ, ਉਹ ਲੈਂਦਾ ਰਿਹਾ ਲੈਂਦਾ ਰਿਹਾ, ਹੁਣ ਪੁੱਤ ਤਾਂ ਨਹੀਂ ਸੀ ਉਹਦਾ, ਨਹੀਂ ਪਤਾ ਲੱਗਾ ਪੁੱਤ ਤਾਂ ਵੀ ਸੀ ਉਹਦਾ ਨਾ, ਉਹ ਠੱਗ ਨੇ ਕੀ ਕਰਨਾ ਸੀ, ਉਹਨੇ ਘਰ ਜਾ ਕੇ ਕਰਦ ਲੈ ਕੇ ਉਹਦੀਆਂ ਅੱਖਾਂ ਕੱਢੀਆਂ ਬੱਚੇ ਦੀਆਂ, ਅਤੇ ਅੱਖਾਂ ਕੱਢ ਕੇ ਉਹਨੂੰ ਹੁਣ ਚੌਂਕ ਦੇ ਵਿੱਚ ਮੰਗਣ ਵਾਤਾ, ਪਿਓ ਦੀ ਪਛਾਣ ਵੀ ਚਲੇਗੀ, ਕਿਸੇ ਸਿੱਖਾਂ ਨਾਲ ਇਸ ਤਰ੍ਹਾਂ ਤਾਂ ਨਹੀਂ ਹੋਗੀ, ਇਹਨਾਂ ਲੋਕਾਂ ਨੇ ਤੁਹਾਡੀਆਂ ਅੱਖਾਂ ਤਾਂ ਨਹੀਂ ਕੱਢਤੀਆਂ, ਦਿਸਦਾ ਨਹੀਂ ਗੁਰੂ,
ਇਹਨੂੰ ਛੱਡ ਕੇ ਜਿਹੜੀਆਂ ਬਾਹਾਂ ਫੜੀ ਫਿਰਦੇ ਸੀ ਲੋਕਾਂ ਦੀਆਂ, ਆਖੋ ਵਾਹਿਗੁਰੂ ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ, ਮਗਰ ਬਾਹਾਂ ਤੇ ਕਿਤੇ ਫੜੀਆਂ ਹੀ ਨਾ, ਮੈਂ ਇਹਦੀ ਫੜੀ, ਮੈਂ ਇਹਦੀ ਫੜੀ, ਮੈਂ ਇਹਦੀ ਫੜੀ, ਮੈਂ ਇਹਦੀ ਫੜੀ, ਪਿਓ ਦੀ ਤੇ ਸ਼ਰਤੀ। ਜੇ ਪਿਓ ਦੀ ਬਾਂਹ ਕਦੀ ਫੜੀ ਹੁੰਦੀ ਨਾ ਤੇ ਕਹਿੰਦਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਇਹਨੂੰ ਪਿਤਾ ਗੁਸਾਈ ਦੀ ਉਂਗਲ ਫੜ ਕੇ ਮੇਲਾ ਵੇਖਦਾ ਨਾ ਦੁਨੀਆਂ ਦਾ, ਤੇ ਇਹਨੇ ਠੱਗਾਂ ਦੇ ਕਾਬੂ ਨਹੀਂ ਸੀ ਆਉਣਾ। ਬਾਪ ਹਮਾਰਾ ਸਦ ਚਿਰੰਜੀਵੀ ਆ, ਸਦਾ ਰਹਿਣ ਵਾਲਾ ਹੈ, ਉਹਦੀ ਉਂਗਲ ਛੱਡ ਕੇ ਮੇਲਾ ਵੇਖਣ ਤੁਰਿਆ ਤੇ ਕਿੰਨਾ ਦੁਖੀ ਹੋਇਆ। ਅੱਜ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਬਾਪ ਦੀ ਉਂਗਲ ਨਹੀਂ ਛੱਡੀ ਉਹਨਾਂ ਲੋਕਾਂ ਨੇ ਵਾਹਿਗੁਰੂ ਸ਼ਬਦ ਨੂੰ ਫੜ ਲਿਆ, ਤੇ ਇਸ ਸ਼ਬਦ ਵਿੱਚੋਂ ਇੱਕੋ ਹੀ ਗੱਲ ਫੜੀ ਵੀ ਮੇਰਾ ਰਾਖਾ, ਉੱਚੀ ਬੋਲੋ, ਇੱਕ ਆ ਤੇ ਇੱਕ ਕੌਣ ਆ, ਉਹਦੇ ਤੇ ਵੀ ਭੁਲੇਖੇ ਚ ਨਾ ਪੈ ਜਾਓ। ਇਸ ਵੇਲੇ ਸਭ ਸਿੱਖਣ ਕੋ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਗੁਰੂ ਵੱਖਰਾ ਕਰਕੇ ਗ੍ਰੰਥ ਜੀ ਮਾਨਿਓ, ਇਹ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਾਹੇ ਕੀ ਕਰੇ ਖੋਜ। ਆ ਕੀ ਪਾਉਂਦੇ ਹੋ ਤੁਸੀਂ ਜਦੋਂ ਗੱਡੀ ਚਲਾਉਂਦੇ ਹੋ ਤੇ ਇਸ ਤਰ੍ਹਾਂ ਉਂਗਲ ਚ ਬੰਦੇ, ਉੱਥੇ ਲੈ ਜਾ ਮੈਨੂੰ, ਕੀ ਕਹਿੰਦੇ ਉਹਨੂੰ, ਨੈਵੀਗੇਸ਼ਨ, ਸਮਝ ਲਿਆ ਨਾ ਸਾਰਿਆਂ। ਜਿਹੜੇ ਫੋਨ ਦੀ ਤੁਸੀਂ ਨੈਵੀਗੇਸ਼ਨ ਪਾਈ, 10 ਮੀਲ ਤੇ ਜਾ ਕੇ ਉਹਦੀ ਬੈਟਰੀ ਮੁੱਕ ਜਾਣੀ, ਫਿਰ ਕਿੱਧਰ ਜਾਓਗੇ ਦੱਸ ਪਈ? ਨੈਵੀਗੇਸ਼ਨ ਮੁੱਕ ਗਈ ਜਦੋਂ, ਫਿਰ ਕਿੱਧਰ ਜਾਓਗੇ? ਰਸਤੇ 'ਚ ਖਲੋ ਜਾਓਗੇ? ਇਤਰਾਂ ਜਿਹਨਾਂ ਬੰਦਿਆਂ ਦੀਆਂ ਜਿਨ੍ਹਾਂ ਦੇ ਸਵਾਸ ਰਾਹ 'ਚ ਛੁੱਟ ਗਏ, ਜਿਹੜੇ ਬਾਬੇ ਦੀ ਬਾਂਹ ਫੜੀ ਸੀ ਰਾਹ ਦੇ ਵਿੱਚ, ਸਵਾਸ ਛੱਡ ਗਿਆ, ਹੁਣ ਕਿੱਧਰ ਜਾਏਗਾ? ਤਾਂ ਮੇਰੇ ਬਾਪੂ ਨੂੰ ਕਿਹਾ ਤੂੰ ਨੈਵੀਗੇਸ਼ਨ ਪਾਈ ਸ਼ਬਦ ਦੀ, ਸ਼ਬਦ ਨੂੰ ਪੁੱਛੀ ਮੈਂ ਰੱਬ ਕੋਲ ਜਾਣਾ, ਜੋ ਪ੍ਰਭ ਕੋ, ਉੱਚੀ ਬੋਲੋ, ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਉਹ ਨੈਵੀਗੇਸ਼ਨ ਕਾਹਦੀ ਪਾਵੇ? ਸ਼ਬਦ ਦੀ। ਸ਼ਬਦ ਤੈਨੂੰ ਟਿਕਾਣੇ ਤੇ ਲੈ ਕੇ ਜਾਊਗਾ, ਸ਼ਬਦ ਤੈਨੂੰ ਦੱਸੂਗਾ ਮਾਰਗ ਪਾਏ ਉਦਿਆਨ ਮੈਂ ਗੁਰ ਦੱਸੇ ਭੇਤ। ਜੰਗਲ ਦੇ ਵਿੱਚ ਗਵਾਚੇ ਹੋਏ ਨੂੰ ਰਾਹ ਕਿਹਨੇ ਵਿਖਾਇਆ? ਗੁਰੂ ਨੇ, ਸ਼ਬਦ ਨੇ। ਉਹਨੇ ਆਖਿਆ ਆ ਮੈਂ ਤੈਨੂੰ ਦੱਸਦਾ ਰੱਬ ਕਿੱਥੇ ਹੈ। ਐਸਾ ਕਰਦਾ ਗਿਆ, ਐਸਾ ਕਰਦੇ ਆ, ਟਿਕਾਣੇ ਤੇ ਲੈ ਗਿਆ। ਸਵਾਸ ਰਹਿੰਦੇ ਰਹਿੰਦੇ ਕੌਣ? ਸ਼ਬਦ। ਤੇ ਉਹ ਸ਼ਬਦ ਇੱਕ ਆ ਨਾ ਜਿਹੜਾ, ਉਹਦੀ ਗੱਲ ਕੀਤੀ ਪੰਜਵੇਂ ਪਾਤਸ਼ਾਹ ਨੇ, ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਕਾ ਅੰਤਰ ਜਾਮੀ, ਹੁਣ ਸੋਏ ਚਿੰਤਾ ਕੋਈ ਡਰਨ ਦੀ ਕੁਛ ਨਹੀਂ। ਰਾਤ ਨੂੰ 16 ਸਾਹਿਬ ਪੜ੍ਹ, ਸਿਰਾਣੇ ਤੇ ਸਿਰ ਰੱਖ ਕੇ ਜਿਤਨਾ ਮਰਜ਼ੀ ਆਨੰਦ ਨਾਲ ਸੌ ਜਾ, ਤੈਨੂੰ ਡਰਨ ਦੀ ਜ਼ਰੂਰਤ ਨਹੀਂ, ਕਿਉਂਕਿ ਸਿਰ ਉੱਪਰ ਠਾਡਾ ਗੁਰਸੂਰਾ ਖਲੋਤਾ ਹੈ। ਆਖੋ ਵਾਹਿਗੁਰੂ ਸੋਏ ਚਿੰਤਾ। ਇੰਨਾ ਭਰੋਸਾ ਉਹਨੇ ਦੇਤਾ ਵੀ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ, ਘਰ ਸੁਖ ਵਸਿਆ। ਇਹ ਕੀ ਘਰ ਵੀ ਸੁਖੀ ਬਾਹਰ ਵੀ ਸੁਖੀ, ਗੱਲ ਕੀ ਆ? ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਮੰਤਰ ਦ੍ਰਿੜ ਕੀ ਕਰਾਇਆ? ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ, ਇੱਕ ਦ੍ਰਿੜ ਕਰ ਹਾਂ ਭਲਾ ਆਪੇ ਮਾਰੇ ਆਪੇ ਛੋਡੇ, ਆਪੇ ਮਾਰੇ ਆਪੇ ਛੋਡੇ, ਮਾਪੇ ਆਪੇ ਲੇਵੇ ਦੇ, ਆਪ ਹੀ ਲੈਂਦਾ ਆਪ ਹੀ ਦਿੰਦਾ ਹੈ, ਆਪ ਹੀ ਮਾਰਦਾ ਹੈ, ਆਪ ਹੀ ਛੱਡ ਦਿੰਦਾ। ਕੌਣ ਰਾਖਾ ਏ? ਇੱਕ ਨੂੰ ਫੜ ਲਓ, ਤੁਹਾਡੇ ਕੋਲ ਤੇ 10 ਹੈ ਹੀ ਨਹੀਂ, ਤੁਹਾਡੇ ਕੋਲ ਤੇ 100 ਹੈ ਹੀ ਨਹੀਂ, ਤੁਹਾਨੂੰ ਤੇ ਲੜ ਪਾ ਕੇ। ਇੱਕ ਵਚਨ ਆਉਂਦਾ ਜੀ ਭਾਈ ਸਾਹਿਬ ਤੁਸੀਂ ਸੁਚੇਤ ਹੋ ਕੇ ਸੁਣਿਓ, ਆਖੋ ਵਾਹਿਗੁਰੂ, ਤੁਸੀਂ ਵੀ ਸ਼ਾਇਦ ਫੜ ਲਓਗੇ। ਕਮਾਈ ਥੋੜਾ ਜਿਹਾ ਧਿਆਨ ਚਾਹੀਦਾ ਇਹਦੇ ਚ। ਸਵਾਂਗੀ ਸਿਉ ਜੋ ਮਨ ਰਜਾਵੇ। ਸਵਾਂਗੀ ਕੀ ਹੁੰਦਾ? ਸਵਾਂਗ ਕਰਨ ਵਾਲਾ। ਜਿਹੜੇ 10 ਸਰੂਪ ਸੀ ਨਾ ਮੇਰੇ ਗੁਰੂਆਂ ਦੇ, ਉਹਨਾਂ ਨੇ ਸ਼ਬਦ ਦਾ ਸਵਾਂਗ ਕੀਤਾ ਹੈ। ਸ਼ਬਦ ਦਾ ਨਹੀਂ ਬਦਲਗਾ, ਘੂਰੀਆਂ ਤੇ ਨਹੀਂ ਵਟੇਗਾ ਘਰ ਜਾ ਕੇ, ਧਿਆਨ ਨਾ ਵੇਖ। ਸ਼ਬਦ ਦਾ ਕੀ ਕੀਤਾ ਹੈ? ਪਹਿਲੇ ਬਾਬੇ ਦੇ ਅੰਦਰ ਸ਼ਬਦ ਸੀ, ਤੇ ਉਹਨੇ ਸ਼ਬਦ ਅਕੋਰਡਿੰਗ ਜੋ ਕੁਝ ਕਹਿਣਾ ਸੀ ਸੰਸਾਰ ਨੂੰ ਕਿਹਾ, ਦੂਸਰੇ ਨੇ ਕਿਹਾ, ਤੀਸਰੇ ਨੇ ਕਿਹਾ, ਚੌਥੇ ਨੇ, ਪੰਜਵੇਂ ਨੇ, ਛੇਵੇਂ ਨੇ, ਕਿ ਸ਼ਬਦ ਤੋਂ ਬਾਹਰ ਵੀ ਕੋਈ ਗੱਲ ਕੀਤੀ?
दसा जामियां दे विच किसी गुरु ने धागा दिता हो तवीत दिता हो सूरज नूं मत्था टकाया हो चंद्रमा नूं मत्था ना एको है भाई यही दृढ़ कराया ना और दसवें स्वरूप की क्या आदंत एको ही क्या ना सोई गुरु हुण दसा जामियां तो बाद थोड़ा बरीकी ना समझो दसा जामियां तो बाद जदों स्वांग पूरा हो गया ते जेड़े जेड़े लोग उस स्वरूप नूं शरीर नूं फड़ बैठे ते एक नूं ना फड़िया नहीं देह नूं फड़ लिया देह नूं फड़ लिया उन्नू पूजना शुरू करता मगर जेदा वह स्वांग कर रहा सी उहदा चेता छड़ता हजूर साहब की धरती ते जाके गरीब नवाज ने स्वांग उतारिया फिर पछतावे शरीर परे हो गया कहन लगा मैं ते ओह सां नहीं बीबीओ पता लगा किसी नूं नहीं सुचेत तो फिर दसदा जो मत्था टेकिया तो कहिंदे तुहानूं भुल पै गई तुसीं इहनूं वेंदे रहे असली तो मैं ओह सां सब सिखन को स्वांगी स्यों जो मन रिझावे स्वांग उतारिया फिर पछतावे फिर पछोतावा रह जांदा है शरीर विच रह के गुरु ने प्रचार ते शब्द ही कीता है ना यही कहना बिन शब्दे सब जग बोराना ये तो नहीं क्या मेरे तो बिना पागल ने लोकी आखो वाहेगुरु किते बाबे अमरदास ने यह तो नहीं किया आवो सिखो मेरे हो आवो सिख सतगुरु के प्यारे हो गावो सच्ची जोड़िया ते बाणी नाल ही है ना ते बाणी ते सारा फोकस करके गुरुआ ने दस जामे शरीर विच आण के सानू सांग करके उतारिया दिखाया भी आ कुछ मैं कहना चाहना पहले जामिया दे विच नौ जामिया तक दस्या जो फिर दसम दी बाणी विच सतगुरु ने दस्या ते तुसी कदी जदों बहुत गहरी बंदगी दे विच उतर के वेखोगे दोवां बाणियां दा बहुत गहरा संबंध है आदि ग्रंथ गुरु ग्रंथ साहब दी बाणी ते दसम पिता दी बाणी च बड़े गहरे संबंध ने बिन करतार ए बड़ा गहरा निर्गुण यार ए आणिया सो प्रभ सदा संभाल वे किन्ना गहरा संबंध है उत्थे भी कहिंदे करतार तो बिना किसी नूं मनो किरतम नूं नहीं मनना आखो वाहिगुरु इत्थे भी कहिंदे निर्गुण यार ए आणिया सो प्रभ सदा संभाल जिन किया नानक ने भी किन्ने गहरे संबंध जोड़ दिते सतगुरु कृपा करे उत्थे आवां मुड़ के राखा एक हमारा स्वामी सगल कटाका ते घर सुख वसिया बाहर सुख पाया कोई कड़ा नहीं दिता कोई मुंदरी नहीं दिती कोई धागा नहीं दिता कोई तवीत नहीं दिता अजकल चांदी जे दे कड़े पाई फिरदे लोकी ये नहीं दिते कहो नानक गुर मंत्र दृढ़ कराया वाहिगुरु 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 जींदे रहो जींदे रहो हाँ दृढ़ करो गुरु भर दूगा भर दूगा भर दूगा चेक कर लियो भर दू गुरु वाहिगुरु आखो सतनाम श्री वाहिगुरु अज दे पदे दी विचार करिए दूसरा पद है गुर के उची बोलो मैं तुहाडे कोल सुन नूं चुप हो गया ग्रह कि तरह बोलते स्पेलिंग वेखो गगे दे पैर च ते हाहे नूं ग्रह कि तरह बन गया ने पहलो क्यों ग्रह गिंदे सोने एडी छेती मुड़ पे हो सारा जीवन ग्रह होंदे होंदे साढ़े सिर ते ग्रह चढ़े उन्हां नूं ग्रह कहिंदे जिहड़े आख दिंदे फलाने दे सिर ते ग्रहां दा पैरा है इहदे ग्रह चंगे नहीं ਉਹ ਸ਼ਬਦ ਗ੍ਰਹਿ ਆ ਇੱਥੇ ਤੇ ਗ੍ਰਹਿ ਆ ਗੱਗੇ ਨੂੰ ਸਿਹਾਰੀ ਆ ਪੈਰ ਚਰਾਰਾ ਹੈ ਤੇ ਹਾਹੇ ਨੂੰ ਸਿਹਾਰੀ ਗ੍ਰਹਿ ਗੁਰ ਕੇ ਗ੍ਰਹਿ
सेवक जो रहे तुसी कित्थे रहिंदे हो, बोलो ना जी, गुरु घर ही रहिंदे हो, भावें तुसी काम ते चल जांदे हो, घर ते सुरत ते गुरु साहब कोल ही रहिंदी है ना। यह गुरु दे घर च रहना, ते उहदी पहली एक निशानी दसी भैणो, सुचेत होके सुनो मेरियां तीआं, वो जिहड़ा सेवक गुरु दे घर च रहिंदा है उहदा सब तो प्रथम फर्ज है भी गुर की आग्या मन में सहे, जिहड़ी जिहड़ी गुरु ने ए मोर आग्या सुनो हे प्यारे, बिना शस्त्र के संग दियो ए किया। ए आग्या सी मन ली, गुरु ने आग्या कीती भी मेरे घर च रहन वाले जे मैं तेनू पास करवाना है तू मेरे को पढ़ आना है, सतगुरु की है पांदा, असी की है चाटड़े, आखो वाहेगुरु चाटड़े मिल विद्यार्थी आपां पढ़ना। जिदन सिख ए सोच के गुरुद्वारे आऊगा ना मैं पढ़ना आ, उदन पढ़ाई शुरू होनी। अजे सिख की भावना मैं मत्था टेकना आया, एक डालर आ जिहड़ा डब्बा रखिया है कथावाचकां कीर्तनी आगे इहदे च पाउणा है, एक गोलक च पाउणा है, चार चपेरे जाना, कड़ा प्रसाद लैणा, लंगर छकना, घर नूं जाना। अजे साडी कोई कापी चेक करन वाला नहीं गा, आखो वाहेगुरु वी पुत स्कूले गया सें की पढ़ के आया, गुरसिख चाटड़े पढ़न को आए, तुसी की हो गुरसिख ते विद्यार्थी बन बन के की पढ़ना है, कुछ पढ़ो इथों। गुरु कहिंदा मिथ्या नहीं पढ़ो ते फिर उत्ते वर्क करो। इहदा सीधा जिहा अर्थ आ भैणो बचियो भी गुरु साहब जी सानू ए पढ़ाउंदे भी अपनी रसना तो कदी झूठ ना बोलियो, उत्तों तो लैके थले तक मेरे आली जगह भी कथावाचक भी दूसरे तीसरे, मैं नहीं किसी नूं कहिंदा प्रधान सकत्तर दूसरे चौथरे सारे बोल लैंदे कि फिर तो पहला अक्षर ही नहीं ना पढ़िया, आखो वाहेगुरु। जिदन वह पढ़ पढ़न गया सी ना मेरा सरकार गुरु नानक साहब पढ़न गए आ, तो उन्हें पता सी मैं पढ़ना है, तो उन्हें कहा लिख एक, पांदे ने कहा लिख एक, ते कमाल दी गल छोटी जी आरजू सी, चौंगड़ा मारो, छोटी जी आरजू सी ते पांदे दियां अखां चखां पातियां, क्या नजारा होगा उदों, छोटी जी आरजू च अखां चखां पा के कहिंदा पंडित जी एक लिखिया भी जांदा है नहीं पता, एक उन्हें कहा हां लिखिया जांदा है, कहिंदे लिख के विखाओ, उन्हें इस तरह एक लीक मारती किन्ने पांदे ने, ते निक्की जी उम्र दे विच कहिंदे ओह कोठे ते की आण के बैठा है, तरह तरह दा जानवर नवा जिहा आण के बैठा, वह जानवर वल वेखण लगा जो लिखिया सी मटाता, आखो वाहेगुरु, जो लिखिया सी उन्हूं मटाता, वह कहिंदा वह तू एक मटाता, फिर खिच के सोने मोतियां वर्गे दंद कढ़ के मेरे जगत गुरु नानक पातशाह ने सोने दंदा वाले ने आख्या पंडित जी एक मिट भी जांदा है, उन्हें फिर लिखिया आखो वाहेगुरु, उन्हें फिर लिखिया, उन्हें ईडी नूं सिहारी उत्ते अदक ते कक्का लिखिया, कहिंदा आ लै आ एक ही एक लिखिया ही मैं, ते फिर हस के इस तरह निक्की जी आरजू दे विच कहिंदा जिहड़ा पैदा ही दोवां चों होया वह एक नहीं हो सकता, नहीं किन्ने अक्षर लिखे सी ईडी नूं सिहारी दो सी ना, ते मेरे बाबे ने आख्या जिहड़ा दोवां चों निकले वह एक नहीं हो सकता, नहीं पता लगा जी तुसी तां ही ते मैं ते तुसी एक क्यों नहीं होंदे, तुसी ते मैं एक क्यों नहीं होंदे, क्योंकि दोवां चों निकले। जिदन असी पढ़ाई करते करते उत्थे चले गए ना तात है ना मात है ना जात है ना पात है, मां प्यो तो रहत हो गए, आपे आप नरिंजन सोए तक साड़ी सुरत चलेगी, उदन असी एक हो जाना, पता लगा कि नहीं, उदन असी एक हो जाना। गुरु क्या सिखा इत पढ़ना आया है, तू ये पढ़ना आया है, मिथिया नाही रसना परस मन में प्रीत, पर तेरे रूप कीती पढ़ाई,
बोल कीती पढ़ाई किन्नी बार गेड़े मारेगा सतगुर की प्रति इतना आइया शब्द ना लगो भाओ तिसनु सुपना उपजे भावे सौ गेड़ा हो जाओ इतना लिखे गुरबाणी च। ये तुहानू को डालर लैण दा मारा ते कह जूगा भी तुसी सारे ही पास हो जिदन कि पेपर इन्होंने हल वेखना है ना तुहाडा अख वाहिगुरु ते उन्हें पहलों ही वेखना भी मैं पहला क्वेश्चन किया झूठ नहीं बोलना मैं तेन पहली सिक्ख्या की दिती झूठ नहीं बोलना तो सारे मूँह लिबड़े सारे मूँह लिबड़े झूठना पर तेरे रूप इन्हों अखा नाल पराया स्वरूप नहीं वेखना सारे दागी निकल आए अख वाहिगुरु करन ना सुने इन्हों अखा ना कन्ना नाल किसी दी सारी पढ़ाई दे विच्चों एक सवाल भी हल नहीं किया कहिंदा पढ़ना आ सिखा इस घर च आना है ना ते इनू कलास कहिंदे गुरबाणी च अख वाहिगुरु इस धर्मशाला विच इस कलास विच तेनू पढ़ना पैना अज पढ़ ली अगले जन्म नू पढ़ ली करोड़ जन्म नू पढ़ ली पेपर ते सजना सौ चो सौ नंबर लैके पास होना है इत्थे ये नहीं हो भी तेती आला पास हो जाता तेती आला पास नहीं इत्थे होंदा जो जो गुरबाणी विच लिखिया है वह तेनू करना पैना है फिर तेनू पास करना रब ने अख वाहिगुरु आ लुधियाने मैनू कहिंदे सी इन्नी पॉपूलेशन कोई वधी जांदी नहीं पता लगा की पुछया क्यों वधी जांदी मैं कहा कोई मुक्ति नहीं हो रहा ओही मुड़ मुड़ के आई जांदे चले जांदे आए जांदे इत्थे ही तुरिया चक्कर भी घूमी जांदा है कोई निकलूगा तो फिर ही है ना कटू नहीं पता लगा भी परमिंदर सिंह पता लगा कोई चौरासी के चक्कर चो बाहर जावे तो फिर तो घटे जे सौ सी तो अठानवे रह जाण दो पास हो जाण जो सारे ही फिर उत्थे मुड़ मुड़ के आई जांदे आ मत्था भी टेकी जांदे आ पर पूजा भी करी जांदे आ सब कुछ करी जांदे मगर सबक नहीं याद करदे करन ना सुने काहू की निंदा सब ते जाने आपस को मंदा गुर प्रसाद पर हरे मन की वासना इंद्री जित पंच दोख ते रहत नानक कोट मदे को ऐसा हो रहा है नहीं हो रहा तो फिर गुरु क्या सिखा फेल हो रहे तगड़ा हो जो आज गुरु के ग्रह सेवक जो रहे गुरु की आज्ञा मन में सहे ते अगे बड़ी प्यारी एक होर गल कही आपस को कर ते तू ते चौर भी करदा है ते तेरे ऐ लगदा भी तू कर रहे है कड़ा प्रसाद वरतौना ते ऐ लगदा तू वरता रहे है मिटना कि सौखी जी कहानी है अख वाहिगुरु चेता करो आपस को कर कछ ना जनावे बड़े प्यार जे नाल आके मैनू कहिंदे मैं इत्थों दा मुख सेवादार हां जी सारे सारा जीवन इतना ची रहा प्रबंधकां ची मस्कीन जी ने एक किताब लिखी है प्रबंधकां दे उत्ते ते प्रचारकां दे उत्ते हर एक नूं पढ़नी चाहीदी प्रचार भाई साहिबां नूं बेनती है मैं जिहड़े जिहड़े कोई प्रचारक लोग आ उहनां नूं किताब पढ़नी चाहीदी अख वाहिगुरु उह कहिंदा मैं इत्थों दा सेवादार नहीं मैं मुख सेवादार हाँ जी मैं कहा हूं भावे सेवादार कहो प्रधान कहो मुख तो बन ही गया है प्रभ को सिमरे से पुरख प्रधान मेरे सतगुरु पातशाह जी कहिंदे वो प्रधान पुरख ने जिहड़े परमेश्वर का सिमरन करते जिन्होंने कदी चौंकड़ा नहीं मारिया वह भी कहिंदा मैं प्रधान हाँ गुर के गृह सेवक जो रहे गुर की आज्ञा मन में सह आपस को कर ए शब्द नु तुसीं पढ़ नहीं रहे पढ़ नहीं रहे की करे अपने आप नु कछ ना जनावे हर हर नाम रिद्धे सद मन बेचे ते सेवक के सारे परमेश्वर नु अपने फुरने वेच छड़े आखे मैं नहीं प्रभ सब कुछ तेरा सारा कुछ तू ही तू है गरीब नवाज सब कुछ ओनू मनना अपनी होंद नू मिटाउणा जदों तुसी कहिंदे हो ना अख वाहिगुरु सुखी बसे मस्कीनियां आप नवार तले ते कदी चंगी तरह प्यार नाल पढ़ियो अगे की लिखिया है अख वाहिगुरु बड़े बड़े नानक जिसके अंतर राज अभिमान पदवी आ गई राज यही नहीं भी मोदी आला पदवी आ गई कोई भी आ गई नहीं पदवी की गल की सो नरक पाती होवत चंगी तरह पढ़ो जी
ਸਵਾਨ ਮੀਨਜ ਜਿਹਨੂੰ ਪਦਵੀ ਦਾ ਹੰਕਾਰ ਹੋਇਆ। ਮੈਂ ਨਹੀਂ ਕਹਿੰਦਾ ਗੁਰੂ ਅਰਜਨ ਦੇਵ ਸਾਹਿਬ ਦਾ ਜਸਟਿਸ ਆ ਨਿਆਂ ਹੈ, ਫਿਰ ਉਹਨੇ ਕੁੱਤੇ ਦੀ ਜੂਨ 'ਚ ਜਾਣਾ ਹੈ ਪਦਵੀ ਦਾ ਹੰਕਾਰ। ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਜਦੋਂ ਰਾਜ ਮਿਲਿਆ ਤੇ ਉਹਨੇ ਕਿਹਾ ਮਹਾਰਾਜ ਤੁਹਾਡਾ ਰਾਜ ਹੋ ਗਿਆ, ਕਹਿੰਦੇ ਨਹੀਂ ਰਾਜ ਖਾਲਸਾ। ਰਾਜ ਮੇਰਾ ਕਿੱਥੇ, ਰਾਜ ਖਾਲਸਾ, ਉਸ ਰਾਜ ਦਾ ਨਾਮ ਹੀ ਸੀ ਰਾਜ ਖਾਲਸਾ। ਆਖੋ ਵਾਹਿਗੁਰੂ ਆਪਸ ਕੋ ਕਰ ਹਰ ਹਰ ਨਾਮ ਰਿਦੇ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਸੇਵਾ ਕਰਤ ਹੋਏ ਨਿਹਕਾਮੀ ਦਾ ਕੀ ਮਤਲਬ ਆ? ਕੋਈ ਕਰਦਾ ਹੈ? ਜਿਹਨੇ ਜਪਜੀ ਸਾਹਿਬ ਵੀ ਪੜਿਆ ਉਹਨੂੰ ਵੀ ਕਿਸੇ ਨੇ ਦੱਸਿਆ ਹੈ ਤੂੰ ਜਪਜੀ ਸਾਹਿਬ ਪੜਿਆ ਕਰ, ਤੁਹਾਡੇ ਘਰ ਆ ਹੋ, ਤੁਹਾਡੇ ਘਰ ਪੈਸੇ ਆਉਣਗੇ। ਜੇ ਨਹੀਂ ਤੇ ਯੂਟਿਊਬ ਵੇਖ ਲਓ, ਪ੍ਰਚਾਰਕਾਂ ਆ ਰਹਿ ਗਈਆਂ ਢਾਡੀਆਂ ਨੂੰ, ਇਹ ਹੁਣ ਚੰਗਾ ਵਿਊ ਦੇ ਪੈਸੇ ਆਉਣ ਲੱਗ ਪਏ ਨੇ। ਸਾਰੇ ਅਸੂਲ ਭੁੱਲ ਗਏ ਨੇ ਲੋਕੀ। ਇਹ ਸ਼ਬਦ ਦਾ ਜਾਪ ਕਰੋਗੇ ਤੁਹਾਡੇ ਘਰ 'ਚ ਦੁੱਖ ਨਹੀਂ ਰਹਿਣਗੇ, ਇਹ ਸ਼ਬਦ ਦਾ ਜਾਪ ਕਰੋਗੇ ਤੁਹਾਡੇ ਸਿਰ ਪੀੜ ਨਹੀਂ ਹੋਊਗੀ, ਇਹ ਸ਼ਬਦ ਦਾ ਜਾਪ ਕਰੋਗੇ ਪੈਸਿਆਂ ਦੇ ਭੰਡਾਰ ਲੱਗ ਜਾਣਗੇ। ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਇਹ ਫੇਕ ਗੱਲਾਂ ਨਾ ਸੁਣਿਆ ਕਰੋ। ਬਾਣੀ ਕੇਵਲ ਆਤਮਾ ਨੂੰ ਪਰਮਾਤਮਾ ਦੇ ਵਿੱਚ ਭੇਦ ਕਰਨ ਲਈ ਉਚਾਰੀ ਗਈ ਆ। ਆਖੋ ਵਾਹਿਗੁਰੂ। ਬਾਣੀ ਦਾ ਕਿਤਨਾ ਦਾ ਇਹ ਵਰਤਾਲਾਪ ਨਾ ਕਰੋ ਵੀ ਚਾਰ ਪੈਸਿਆਂ ਲਈ ਸ਼ਬਦ ਪੜੋ, ਇਸ ਦੁਨਿਆਵੀ ਸੁੱਖਾਂ ਲਈ ਸ਼ਬਦ ਦੀ ਆਰਾਧਨਾ ਕਰੋ। ਸ਼ਬਦ ਦੀ ਆਰਾਧਨਾ ਕਰਨੀ ਆ, ਮੇਲ ਲਿਓ ਦਿਆਲ ਟੈ ਪੈ ਦਵਾਰਿਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਐਸ ਕਰਕੇ ਬਾਣੀ ਪੜੋ, ਯੂਟਿਊਬ ਤੋਂ ਵੇਖ ਵੇਖ ਕੇ ਧੂਫ ਜਗਾ ਜਗਾ ਕੇ ਬਾਣੀ ਨਾ ਪੜੋ। ਬਾਣੀ ਪੜੋ ਕਿ ਮੇਰਾ ਮਨੁੱਖਾ ਜਨਮ ਸਫਲ ਹੋ ਜਾਏ, ਜਿਸ ਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵਤ। ਅੱਗੇ ਵੀ ਸੁਣਿਓ ਥੋੜੇ ਜਿਹਾ, ਜੋ ਜਾਣੇ ਮੈਂ ਜੋਬਨਵੰਤ, ਆਪਣੇ ਆਪ ਨੂੰ ਇਹ ਕਵੇ ਵੀ ਬੱਲੇ 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 ਮੇਰੇ ਵਰਗਾ ਤੇ ਸੋਹਣਾ ਕੋਈ ਨਹੀਂ। ਸੋ ਹੋਵਤ ਵਿਸ਼ਟਾ ਕਾ ਜੰਤ, ਜਿਹੜਾ ਅੰਦਰੋਂ ਗੰਦ ਨਿਕਲਦਾ ਬੰਦੇ ਦੇ ਉਹਦੇ ਚ ਕੀੜਾ ਪੈਦਾ ਹੁੰਦਾ, ਜਿਹੜਾ ਆਪਣੀ ਚਮੜੀ ਨੂੰ ਸਮਝਦਾ ਹੈ ਵੀ ਮੇਰੀ ਚਮੜੀ ਬੜੀ ਸੋਹਣੀ। ਆਪਸ ਕੋ ਕਰਮਵੰਤ ਕਹਾਵੇ, ਅੰਮ੍ਰਿਤ ਵੇਲੇ ਉੱਠਿਆ ਸਾਰਾ ਦਿਨ ਸਿਰ ਤੇ ਪੰਡ ਚੁੱਕੀ ਫਿਰਦਾ ਹੈ, ਅੱਜ ਭਾਜੀ ਮੈਂ ਨਾ ਗੁਰੂ ਸਾਹਿਬ ਵਿੱਚ ਵੈਸੇ ਕਹਿ ਗਿਆ, ਗੁਰੂ ਸਾਹਿਬ ਦੀ ਕਿਰਪਾ ਨਾਲ ਨਾ 1:45 ਉੱਠ, ਇਸ ਤਰ੍ਹਾਂ ਕਰੀ ਜਾਂਦਾ। ਆਪ ਬੋਲ ਰਿਹਾ ਹੈ, ਆਪ ਬੋਲ ਰਿਹਾ ਹੈ। ਆਖ ਵਾਹਿਗੁਰੂ। ਕਰਮ ਕਰਤ ਹੋਵੇ ਨਹੀਂ, ਨਿਕਰਮ ਉਹ ਸੇਵਾ ਕਰਤੇ ਆ, ਇੱਥੇ ਕਰਮ ਕਰਤ ਹੋਵੇ ਨਿਹਕਰਮ। ਨਿਹਕਰਮ ਦਾ ਮਤਲਬ ਆ ਅੰਮ੍ਰਿਤ ਵੇਲਾ ਸੰਭਾਲਿਆ, ਸਾਰਾ ਦਿਨ ਮਿੱਟੀ ਪਾਤੀ ਉੱਤੇ, ਮੈਂ ਤੇ ਸੰਭਾਲਿਆ ਨਹੀਂ, ਉਹਨੇ ਬਲ ਬਖਸ਼ਿਆ। ਆਖ ਵਾਹਿਗੁਰੂ। ਤੇ ਮੈਂ ਉਹ ਸਾਰੀ ਪੰਡ ਸਵੇਰ ਦੀ ਚੁੱਕੀ ਫਿਰਦਾ ਸਾਂ ਵੀ ਮੈਂ ਕਿਸੇ ਦੇ ਪੈਰਾਂ ਚ ਸੁੱਟਾਂ। ਆਖ ਵਾਹਿਗੁਰੂ। ਮੈਂ ਉਹਨੂੰ ਦੱਸਾਂ ਵੀ ਮੈਂ ਅੰਮ੍ਰਿਤ ਵੇਲੇ ਸਵੇਰੇ ਉੱਠਿਆ ਸਾਂ, ਤਿਸ ਵੈਸਨੋ ਕਾ ਨਿਰਮਲ ਧਰਮ। ਅੱਗੇ ਪੜੋ, ਯੂਟਿਊਬ ਨੂੰ ਪੁੱਛੋ ਆ ਕੀ ਲਿਖਿਆ, ਕਾਹੂ ਫਲਕੀ। ਕਮਾਲ ਦੀ ਗੱਲ ਆ, ਜਦੋਂ ਗੁਰਬਾਣੀ ਕਹਿਣ ਡਈ ਆ ਵੀ ਬਾਣੀ ਪੜਨ ਵਾਲਾ ਸਿਮਰਨ ਕਰਨ ਵਾਲਾ ਬੰਦਾ ਜਿਹੜਾ ਕਿਸੇ ਫਲ ਦੀ ਇੱਛਾ ਰੱਖ ਕੇ ਨਾ ਕਰੇ। ਕੇਵਲ ਭਗਤ ਕੀਰਤਨ ਸੰਗ ਰਾਚੇ, ਬਾਣੀ ਨੂੰ ਤੇ ਸਿਮਰਨ ਨੂੰ ਅੰਮ੍ਰਿਤ ਵੇਲੇ ਨੂੰ ਭਗਤੀ ਬਣਾ ਲੇ ਤੇ ਕੀਰਤਨ ਬਣਾ ਲੇ। ਮੈਂ ਰੱਬ ਦੀ ਸੁਸਤ ਹੋ ਗਏ ਹੋ ਨਾ ਵੀ ਅਸੀਂ ਤੇ ਇਸ ਕਰਕੇ ਪੜ੍ਹਦੇ ਹਾਂ। ਮੇਰੀ ਹੱਥ ਜੋੜ ਕੇ ਬੇਨਤੀ, ਕੋਈ ਇੱਛਾ ਰੱਖ ਕੇ ਬਾਣੀ ਨਾ ਪੜ੍ਹਨੀ, ਬਾਣੀ ਇਸ ਕਰਕੇ ਪੜ੍ਹਨੀ ਮੇਰਾ ਮਨੁੱਖਾ ਜਨਮ ਸਫਲ ਹੋ ਜਾਏ, ਮੇਰੀ ਯਾਤਰਾ ਸਫਲ ਹੋ ਜਾਏ। ਤੇ ਮੇਰੇ ਸਾਹਿਬ ਕਹਿੰਦੇ ਸੇਵਾ ਕਰਤ ਹੋਏ ਨਿਕਾਮੀ ਦਾ ਮਤਲਬ ਹੁੰਦਾ ਵਾ ਕਾਮਨਾ ਤੋਂ ਰਹਿਤ, ਕੋਈ ਇੱਛਾ ਨਹੀਂ ਰੱਖਣੀ। ਤਿਸ ਕੋ ਹੋਤ ਪ੍ਰਾਪਤ ਸਵਾਮੀ, ਜਿਹੜਾ ਸਾਨੂੰ ਪੜ੍ਹਾਉਂਦਾ ਸੀ ਉਹ ਕਹਿੰਦਾ ਸਵਾਮੀ ਸੋਯਮੀ, ਨਹੀਂ ਅਜੇ ਵੀ ਨਹੀਂ, ਸੋਯਮ ਸੋਯਮ, ਆਪੇ ਦੀ ਪ੍ਰਾਪਤੀ, ਆਪਣੇ ਨਿੱਜ ਸਰੂਪ ਦੀ ਪ੍ਰਾਪਤੀ। ਸਵਾਮੀ ਤੀਸਰਾ ਬੰਦਾ ਨਹੀਂ ਕੋਈ, ਆਖੋ ਵਾਹਿਗੁਰੂ। ਤੀਸਰੀ ਪਾਵਰ ਨੂੰ ਨਹੀਂ ਕਿਸੇ ਨੂੰ ਕਹਿ ਰਿਹਾ, ਜਿਹੜਾ ਸੇਵਾ ਕਰਦਾ ਕਰਦਾ ਮੰਗਦਾ ਕੁਛ ਨਹੀਂ, ਇੱਕ ਦਿਨ ਉਹਨੂੰ ਆਪਣੇ ਨਿੱਜ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿੱਜ ਸਰੂਪ ਮੇਰਾ ਕੀ ਆ?
ਅਖ ਵਾਹਿਗੁਰੂ। ਮੈਂ ਕਿਸ ਤਰ੍ਹਾਂ ਦਾ ਵਾਂ, ਮੈਂ ਬਣ ਕੀ ਗਿਆ, ਮਿੱਟੀ 'ਚ ਰੁਲਦਾ ਰੁਲਦਾ ਰੁਲਦਾ, ਹੀਰਾ ਵੀ ਧੁੰਦਲਾ ਜਿਹਾ ਹੋ ਗਿਆ ਸੀ, ਕਿਸੇ ਨੇ ਚੁੱਕ ਲਿਆ, ਸਾਰੀ ਮਿੱਟੀ ਮੁੱਟੀ ਝਾੜੀ ਪੂੰਝ ਪਾਂਜ ਕੇ ਵੇਖਿਆ ਤੇ ਡਲਕਾ ਮਾਰਨ ਡਿਆ। ਤੁਸੀਂ ਵੀ ਆਪਣੀ ਹੋਂਦ ਭੁੱਲ ਗਏ ਹੋ, ਅਸੀਂ ਵੀ ਆਪਣੀ ਹੋਂਦ ਭੁੱਲ ਗਏ ਹਾਂ। ਜਿੱਦਣ ਕਿਤੇ ਸੇਵਾ ਕਰਦਿਆਂ ਕਰਦਿਆਂ ਚੰਗੀ ਤਰ੍ਹਾਂ ਇਹਨੂੰ ਮਲ ਮੁਲ ਕੇ ਵੇਖਿਆ ਨਾ, ਤੇ ਵਿੱਚੋਂ ਨਿਕਲੋਗੇ, ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ। ਨਹੀਂ ਨਹੀਂ ਪਤਾ ਲੱਗਾ, ਸੋ ਪ੍ਰਭ ਹੈਗਾ ਹੈ ਨਾ ਬਾਣੀ 'ਚ, ਸੋ ਪ੍ਰਭ ਦੂਰ ਨਹੀਂ, ਪ੍ਰਭ ਤੂੰ ਹੈ। ਇਹ ਜਿੱਦਣ ਆਪਣੇ ਆਪ ਨੂੰ ਸ਼ੁੱਧ ਕਰੋਗੇ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ, ਆਪਣੀ ਕਿਰਪਾ ਜਿਸ ਆਪ ਕਰੇ, ਜਿਹਦੇ ਤੇ ਆਪਣੀ ਕਿਰਪਾ ਕਰਦਾ, ਸੋ ਸੇਵਕ ਗੁਰ ਕੀ ਮਤ ਲੇ। ਮਤ ਸਾਰਿਆਂ ਨੂੰ ਥੋੜੀ ਆ ਜਾਂਦੀ, ਸੁਣਨ ਵਾਲੇ ਬਥੇਰੇ ਨੇ, ਜੇ ਮਤ ਆ ਜਾਂਦੀ ਤੇ ਇੱਕ ਨਿਸ਼ਾਨੀ ਆ। ਅੱਖ ਵਾਹਿਗੁਰੂ, ਗੱਜ ਕੇ ਬੋਲੋ, ਸਮਾਪਤੀ ਆ, ਟਾਈਮ ਹੋ ਗਿਆ, ਇੱਕ ਮਿੰਟ ਦਿਓ, ਇਕਾਗਰਤਾ ਨਾ ਦਿਓ। ਉਹਦੀ ਇੱਕ ਨਿਸ਼ਾਨੀ ਹੋਣੀ ਸੀ, ਆਹ ਜਿਹੜੀ ਖੋਪਰੀ ਹੈ ਨਾ, ਇਹਨੂੰ ਕੋਈ ਚੀਰ ਕੇ ਵੇਖ ਲੈਂਦਾ, ਇਹਦੇ ਵਿੱਚ ਈਰਖਾ ਨਹੀਂ ਸੀ ਹੋਣੀ। ਜਿੱਦਣ ਪ੍ਰਾਪਤੀ, ਆਪੇ ਦੀ ਪ੍ਰਾਪਤੀ ਹੋ ਗਈ, ਤੁਹਾਡੀ ਖੋਪਰੀ 'ਚੋਂ ਵਿੱਚੋਂ ਕਿਸੇ ਲਈ ਜੋ ਅੰਦਰ ਹੋਊ ਬਾਹਰ ਨਿਕਲੂ ਨਾ। ਜੇ ਤੁਹਾਡੀ ਖੋਪਰੀ ਦੇ ਵਿੱਚ ਈਰਖਾ ਭਰੀ ਪਈ ਆ ਤੇ ਈਰਖਾ ਵਾਲੇ ਬਚਨ ਕਰੋਗੇ? ਆਖੋ ਵਾਹਿਗੁਰੂ। ਜੇ ਨਿੰਦਾ ਭਰੀ ਤੇ ਨਿੰਦਾ ਵਾਲੇ ਬਚਨ ਕੱਢੋ, ਕਿ ਸਭ ਕੁਛ ਸਿਸਟਮ ਤੇ ਇੱਥੋਂ ਹੀ ਚੱਲਣਾ ਖੋਪਰੀ 'ਚੋਂ। ਉਹ ਕਹਿੰਦਾ ਮੇਰਾ ਮਾਲਕ ਜਿਹਨੇ ਗੁਰੂ ਦੀ ਮੱਤ ਲੈ ਲਈ, ਉੱਥੇ ਮੱਤ ਵਿੱਚ ਰਤਨ ਜਵਾਹਰ ਮਾਨਕ, ਇਹਨੇ ਨੇ ਸੋਹਣੇ ਬੋਲ ਬੋਲੂਗਾ ਉਹ ਮਨੁੱਖ, ਕਿ ਇੱਕ ਇੱਕ ਬੋਲ ਵਿੱਚੋਂ ਝਲਕ ਪਊਗੀ ਵੀ ਜਵਾਹਰ ਆ, ਮਾਨਕ ਆ, ਮੋਤੀ ਇਹਦੇ ਅੰਦਰ। ਵੇਖੋ ਇਹ ਬੰਦਾ ਕਿੰਨਾ ਸੁੰਦਰ ਬੋਲਦਾ ਹੈ, ਇਹਦੀ ਭਾਵਨਾ ਕਿੰਨੀ, ਸਾਰਿਆਂ ਨੂੰ ਆਖੀ ਜਾਂਦਾ ਮੇਰੇ ਮਿੱਤਰ ਨੇ। ਆਖ ਵਾਹਿਗੁਰੂ। ਮੱਤ ਵਿੱਚ ਜੇ ਇੱਕ ਇੱਕ ਸਿੱਖਿਆ ਜਿੱਦਣ ਸੁਣ ਲਈ ਗੁਰੂ ਕਿਹਾ ਸਿੱਖਾ, ਉਦਣ ਤੇਰੀ ਸੁਰਤ ਦੇ ਵਿੱਚੋਂ ਕਿਸੇ ਪ੍ਰਤੀ ਸੜਿਆ ਵਚਨ ਨਹੀਂ ਨਿਕਲਣਾ। ਤੇਰੀ ਸੁਰਤ ਦੇ ਵਿੱਚ ਜੋ ਭਰਿਆ ਉਹ ਆਂਦਾ ਮੈਂ ਭਰ ਦੇਣਾ ਤੇਰੀ ਮੱਤ ਦੀ ਟੋਕਰੀ 'ਚ। ਮੇਰਾ ਮਾਲਕ ਕਹਿੰਦਾ ਜਿੱਦਣ ਤੂੰ ਮੇਰੀ ਇੱਕ ਵੀ ਗੱਲ ਸੁਣ ਲਈ ਨਾ, ਤੇ ਆਹ ਜਿਹੜੀ ਖੋਪਰੀ ਹੈ ਨਾ, ਟੋਕਰੀ ਤੇਰੀ, ਇਹਦੇ ਵਿੱਚ ਮੈਂ ਹੀਰੇ ਭਰ ਦੇਣੇ ਨੇ, ਜਵਾਹਰਾਤ ਭਰ ਦੇਣੇ ਨੇ, ਮੋਤੀ ਭਰ ਦੇਣੇ ਨੇ। ਜਦੋਂ ਤੂੰ ਬੋਲੇਗਾ ਨਾ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ, ਇਹ ਤੇਰੇ ਅੰਦਰੋਂ ਪ੍ਰਗਟ ਹੋਣੇ ਆ, ਤੂੰ ਪਰਉਪਕਾਰੀ ਬੋਲੀ ਬੋਲਣੀ ਆ। ਤੇ ਬਦਕਿਸਮਤੀ ਇਹ ਆ, ਬਾਬਾ ਕਬੀਰ ਕਹਿੰਦਾ ਮਾਰਗ ਮੋਤੀ ਬੀਥਰੇ, ਜਿਹਨੂੰ ਜਿਹਨੂੰ ਬਾਣੀ ਆਉਂਦੀ ਸਾਰੇ ਬੋਲੋ, ਮਾਰਗ ਤੇਰੀ ਸੁਰਤ ਦਾ ਰਾਹ ਜਿਹੜਾ ਗੋਬਿੰਦ ਦੇ ਘਰ ਨੂੰ ਜਾਂਦਾ ਸੀ ਨਾ, ਇਹ ਰਾਹ, ਇਸ ਰਾਹ ਤੇ ਨਹੀਂ ਕਿਸੇ ਨੇ ਮੋਤੀ ਖਿਲਾਰੇ। ਜਿਹੜੀ ਤੇਰੀ ਸੁਰਤ ਰੱਬ ਦੇ ਘਰ ਜਾ ਕੇ ਪ੍ਰਵੇਸ਼ ਕਰਨਾ ਸੀ, ਉਸ ਰਾਹ ਦੇ ਵਿੱਚ ਮੋਤੀ, ਆ ਸਾਰੇ ਮੋਤੀ ਨੇ, ਹੀਰੇ ਹੀ ਨੇ, ਗੁਰ ਕਾ ਸ਼ਬਦ ਹੀਰੇ ਜਿੱਤ, ਸਾਰਾ ਕੁਝ ਲਿਖਿਆ ਇਹਨੂੰ ਹੀਰੇ ਜਿਹੜੇ ਤੇਰੇ ਰਾਹ ਦੇ ਵਿੱਚ ਹੀਰੇ ਮੋਤੀ ਨੇ। ਮਗਰ ਬਾਬਾ ਕਬੀਰ ਕਹਿੰਦਾ ਬਦਕਿਸਮਤੀ ਸੀ, ਜਿਹੜਾ ਰਾਹ ਦੇ ਉੱਤੋਂ ਦੀ ਲੰਘ ਕੇ ਜਾਣਾ ਸੀ ਉਹ ਬਲਾਇੰਡ ਸੀ। ਕੀ ਸੀ? ਅਸੀਂ ਕੀ ਹਾਂ? ਹਮ ਅੰਧਲੇ ਅੰਧ ਵਿਖੇ ਬਿਖਰਤ ਕਿਉਂ ਚਾਲੈ ਗੁਰ ਚਾਲੀ, ਅਸੀਂ ਅੰਨੇ। ਤੇ ਕਮਾਲ ਦੀ ਗੱਲ ਆ, ਕਈ ਵਾਰ ਅੰਨੇ ਬੰਦੇ ਦੇ ਪੈਰਾਂ 'ਚ ਹੀਰੇ ਵੀ ਪਏ ਹੋਣ ਨਾ, ਤੇ ਉਹ ਰੌਲਾ ਪਾਉਂਦਾ ਰੋਡ ਬੜੇ ਵੱਜ ਰਹੇ ਜੇ ਪੈਰਾਂ 'ਚ ਨਹੀਂ। ਕਈਆਂ ਨੂੰ ਬਾਣੀ ਦੀਆਂ ਗੱਲਾਂ ਵੀ ਔਖੀਆਂ ਲੱਗਦੀਆਂ, ਉਹੋ ਹੀ ਭਾਸ਼ਾ ਹੈ ਜਿਵੇਂ ਇੱਕ ਅੰਨਾ ਬੰਦਾ ਹੀਰਿਆਂ ਤੋਂ ਦੀ ਲੰਘਣ ਡਿਆ ਹੋਵੇ, ਆਖੇ ਮੇਰੇ ਪੈਰਾਂ 'ਚ ਰੋਡ ਵੱਜਦੇ ਨੇ, ਇੱਦਾਂ ਲੋਕ ਬਾਣੀ ਦੀ ਨਿੰਦਾ ਕਰਦੇ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਕੀ ਹੋਇਆ ਜੀ, ਕਿਉਂ ਨਾ ਦਿਸੇ? ਕਹਿੰਦੇ ਜੋਤ ਬਿਨਾਂ ਜਗਦੀਸ਼ ਕੀ, ਜਗਤ ਲੰਘੇ ਜਾਏ। ਜਗਦੀਸ਼ ਦੀ ਜੋਤ ਨਹੀਂ ਅੰਦਰ ਜਗੀ, ਤੇ ਜਪਜੀ ਸਾਹਿਬ ਸਾਰਾ ਹੀ ਪੜ੍ਹ ਲਿਆ, ਇੱਕ ਹੀਰਾ ਵੀ ਨਹੀਂ ਚੁੱਕਿਆ ਵਿੱਚੋਂ। ਮੈਂ ਕੀ ਕਿਹਾ ਜੀ, ਇੱਕ ਵਾਰ ਦੱਸੋ, ਸਮਾਪਤੀ ਕਰਾਂ। ਜਪਜੀ ਸਾਹਿਬ ਇੱਕ ਹੀਰਾ ਵੀ ਬਾਬੇ ਦੀ ਬਾਣੀ ਦੇ ਵਿੱਚੋਂ ਚੁੱਕ ਕੇ ਆਪਣੀ ਜੇਬ 'ਚ ਨਹੀਂ ਪਾਇਆ, ਜਪਜੀ ਸਾਹਿਬ ਪੜ੍ਹ ਲਿਆ। ਗੁਰੂ ਕਿਰਪਾ ਕਰੇ, ਇਹ ਜਿਹੜਾ ਪਤਾ ਅੱਜ ਆਪਾਂ ਵਿਚਾਰਿਆ ਗੁਰ ਕੇ ਗ੍ਰਹਿ, ਇੱਕ ਤੇ ਇਹਨੂੰ ਗ੍ਰਹਿ ਨਹੀਂ ਪੜ੍ਹਨਾ, ਚੇਤਾ ਕਰਿਓ, ਗ੍ਰਹਿ ਪੜ੍ਹਨਾ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਸਭ ਤੋਂ ਪਹਿਲਾਂ ਉਹਦਾ ਕੀ ਕੰਮ ਹੈ, ਜੋ ਹੁਕਮ ਆਵੇ ਪਾਤਸ਼ਾਹ ਦਾ ਉਹਨੂੰ ਸਤ ਕਰ ਸਹੇ ਆਪਣੇ ਹਿਰਦੇ 'ਚ, ਆਪਸ ਕੋਲ ਕਰ, ਇਹ ਆਦਤ ਪਾਓ ਥੋੜ੍ਹੀ ਥੋੜ੍ਹੀ। ਜੇ ਨਹੀਂ ਅੰਦਰੋਂ ਨਿਕਲਦਾ ਤਾਂ ਜੁੜੇ ਝਾੜੋ, ਜੇ ਨਹੀਂ ਆਪਾਂ ਨਿਕਲਦਾ, ਹੰਕਾਰ ਨਹੀਂ ਨਿਕਲਦਾ, ਨਿਮਕ ਨਿਮਕ ਕਰ ਸਰੀਰ ਕਟਾਵੇ ਤਾਂ ਵੀ
जे अंदरों नहीं होमे जा रही तो जुड़े झाड़ने शुरू कर तो कुछ दिनों बाद आराम होना शुरू हो जू जिथे तू 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 मैं करना है उत्थे तू तू कर लग पेगा करके वेख लो मेरी हाथ जोड़ के बेनती है गुरु दे सिखां दे जोड़े साहब करो धन गुरु अर्जन देव साहब करते रहे आखो वाहिगुरु रज के बोलो धन गुरु अर्जन देव महाराज पातशाह गुरु दे सिखां दे जोड़े साहब करते रहे दर्शनी ड्योड़ी दे बाहर बह के ते बाबा बुढ़ा साहब नू काबल तो आई संगत देर तो नहीं होगी काबल तो आई संगत ते पुछदी सी रोंदे सी काबली लोग ते बाबा बुढ़ा साहब ने आख्या रोंदे क्यों जे इत्थे ते रोंदे आउंदे हसण लग पैंदे तुसीं क्यों रोंदे हो कहिंदे जी चार दिन होए आया नू गुरु अर्जन देव साहब दे दर्शन नहीं होए कहिंदे आओ करावां जदों नाल खड़ के वेख्या दर्शनी ड्योड़ी अगे इतना सिखां दे जोड़े पए ते मेरी सरकार साफ कर रही जोड़े कौन गुरु अर्जन देव साहब ते बाबा बुढ़ा साहब ने आख्या बाबा जी सतगुरु जी ये कम सिखां जोगा है तुसीं गद्दी ते बैठो अंदर जाके तख्त ते महाराज पातशाह कहिंदे उरे आओ बाबा जी इधर आओ इधर सद लिया अंदरले पासे ते बाबे नूं आख्या इतना सिर ते हथ रख के गुरु अर्जन देव साहब ने वेख कं किन्ना दे जोड़े आ आखो वाहिगुरु की वेखा किन्ना दे जोड़े आ संगत खलोती सी उत्थे जिन्नी काबल वाली दूसरे संगत सारयां दे मूंह वल बाबे बुढ़े ने वेख्या ते बाबा बुढ़ा साहब नूं नजर आया जेड़ा जेड़ा गुरु नानक दे घर आया वह सारयां दे मूंह तो गुरु नानक दिसे ये जोड़े गुरु नानक पातशाह दी संगत दे ने सिख गुरु दा रूप आ मेरी ओ धीओ तुसीं वी बच्चे लैके आओ अपने बच्चियां कोलों चढ़वाओ आप झाड़ो जोड़े इत्थे तां कि साडी दिव दृष्टि वाली अख खुले सानूं पता लगे जो दिसे सो तेरा रूप विच संगत हर प्रभ वसे जी भुला ना चितारियो जी असीस बख्शो पांच मिनट उत्ते हो गए माफी दे दियो अमृत वेले उठिया करो इशनान करिया करो अज दा दिन कल नहीं जे होना यह चेता रखियो जिहड़ा अज लंघ गया वह कल नूं नहीं जे मिलना अज ही कमाई करो सतगुरु सारे का भला करे उच्चा सुचा जीवन बख्शे वाहिगुरु जी का खालसा वाहिगुरु।